ਸੰਗਤ ਜੀ ਉਹਦੇ ਤੋਂ ਬੰਦਾ ਕੋਈ ਕੀਮਤੀ ਚੀਜ਼ ਵਾਰੇ ਅਤੇ ਉਹ ਬਹੁਤਾ ਮਹਿਸੂਸ ਨਹੀਂ ਕਰਦਾ ਜੀ। ਕੋਈ ਗੱਲ ਨਹੀਂ, ਆਪਣਾ ਪਿਆਰ ਹੈ, ਪਿਆਰ ਰਹਿ ਜੇ। ਜੇ ਚੀਜ਼ ਦੇ ਵੀ ਦਿੱਤੀ ਕਿਸੇ ਨੂੰ ਤਾਂ ਬਹੁਤੀ ਵੱਡੀ ਗੱਲ ਨਹੀਂ। ਗੁਰਮੁਖੋ, ਜਿੰਨਾ ਗੁਰੂ ਸਾਹਿਬ ਨਾਲ ਪਿਆਰ ਕੀਤਾ, ਪਰਮੇਸ਼ਰ ਨਾਲ ਕੀਤਾ ਪਿਆਰ, ਗੁਰੂ ਜੀ ਦੇ ਚਰਨਾਂ ਨਾਲ ਕੀਤਾ ਪਿਆਰ, ਫਿਰ ਉਹਨਾਂ ਵੀ ਆਪਣਾ ਸਭ ਕੁਝ ਵਾਰਿਆ ਜੀ। ਲੜੀਵਾਰ ਜਿਹੜੀ ਕਥਾ ਹੈ ਇਹੋ ਹੀ ਅੱਜ ਕੱਲ੍ਹ ਚੱਲ ਰਹੀ ਹੈ ਜੀ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਭੰਗਾਣੀ ਦਾ ਜੰਗ ਜਿੱਤਿਆ ਜੀ। ਜਦੋਂ ਮਹਾਰਾਜ ਭੰਗਾਣੀ ਦਾ ਜੰਗ ਜਿੱਤਦੇ ਨੇ, ਪੀਰ ਬੁੱਧੂ ਸ਼ਾਹ ਜੀ ਦੇ ਪੁੱਤਰ ਸ਼ਹੀਦ ਹੁੰਦੇ ਨੇ ਜੀ। ਦੋ ਪੁੱਤ ਸ਼ਹੀਦ ਹੋ ਗਏ ਸੀਗੇ ਉਹਨਾਂ ਦੇ। ਕਿਤੇ ਚਾਰਾਂ ਦਾ ਵੀ ਜ਼ਿਕਰ ਆਉਂਦਾ ਹੈ, ਪਰ ਇੱਥੇ ਸਾਧ ਸੰਗਤ ਜੀ ਦੋ ਪੁੱਤਰਾਂ ਦਾ ਜ਼ਿਕਰ ਆਇਆ ਜੀ। ਪੀਰ ਜੀ ਦੇ ਦੋ ਪੁੱਤਰ ਸ਼ਹੀਦ ਹੋ ਗਏ, ਕੁਝ ਮੁਰੀਦ ਸ਼ਹੀਦ ਹੋ ਗਏ। ਮਹਾਰਾਜ ਸੱਚੇ ਪਾਤਸ਼ਾਹ ਪੀਰ ਬੁੱਧੂ ਸ਼ਾਹ ਜੀ ਨੂੰ ਪੁੱਛਦੇ, ਪੀਰ ਜੀ ਮਨ ਦੀ ਅਵਸਥਾ ਕੈਸੀ ਹੈ? ਤੇ ਪੀਰ ਜੀ ਹੱਥ ਜੋੜ ਕੇ ਕਹਿੰਦੇ, ਮਹਾਰਾਜ ਰੱਤੀ ਭਰ ਜਿੰਨਾ ਵੀ ਅਫਸੋਸ ਨਹੀਂ ਹੈਗਾ। ਕਹਿਣ ਲੱਗੇ, ਪੁੱਤ ਸ਼ਹੀਦ ਹੋ ਗਏ ਨੇ, ਰੱਤੀ ਭਰ ਜਿੰਨਾ ਵੀ ਅਫਸੋਸ ਨਹੀਂ ਹੈਗਾ। ਕਿਉਂ? ਮਰਨਾ ਤੇ ਹੈਗਾ ਹੀ ਸੀਗਾ, ਰਣ ਭੂਮੀ ਵਿੱਚ ਸ਼ਹੀਦ ਹੋਏ। ਤੇ ਵੱਡੀ ਗੱਲ ਤੁਹਾਡੇ ਕੰਮ ਆ ਗਏ ਨੇ ਮਹਾਰਾਜ, ਹੋਰ ਕੀ ਚਾਹੀਦਾ? ਗੁਰੂ ਸਾਹਿਬ ਬੜੇ ਖੁਸ਼ ਹੋਏ ਜੀ। ਫਿਰ ਜਿਹੜਾ ਪਿਛਲੇ ਦਿਨੀ ਤੁਸੀਂ ਪ੍ਰਸੰਗ ਸਰਵਣ ਕੀਤਾ ਸੀਗਾ, ਮਹਾਰਾਜ ਸੱਚੇ ਪਾਤਸ਼ਾਹ ਕੇਸਾਂ 'ਚ ਕੰਘਾ ਕਰ ਰਹੇ, ਸਤਿਗੁਰੂ ਸੱਚੇ ਪਾਤਸ਼ਾਹ ਪੁੱਛਦੇ, ਪੀਰ ਜੀ ਕੁਝ ਮੰਗੋ। ਤੇ ਪੀਰ ਜੀ ਹੱਥ ਜੋੜ ਕੇ ਕਹਿੰਦੇ, ਸੱਚੇ ਪਾਤਸ਼ਾਹ ਮੈਨੂੰ ਤੁਹਾਡੀ ਖੁਸ਼ੀ ਚਾਹੀਦੀ ਹੈ ਜੀ, ਮੈਨੂੰ ਹੋਰ ਕੁਝ ਨਹੀਂ ਚਾਹੀਦੀ। ਗੁਰਮੁਖੋ, ਕਿਸੇ ਦੇ ਬੜੇ ਚੰਗੇ ਭਾਗ ਹੋਣ, ਕਿਸੇ ਦੇ ਉੱਤੇ ਰੱਬ ਦੀ ਮਿਹਰ ਹੋਵੇ ਕੋਈ ਖਾਸ, ਤੇ ਫਿਰ ਉਹ ਇਹ ਗੱਲ ਕਹੇਗਾ ਵੀ ਮਹਾਰਾਜ ਮੈਨੂੰ ਤੁਹਾਡੀ ਖੁਸ਼ੀ ਚਾਹੀਦੀ ਹੈ, ਨਹੀਂ ਤੇ ਮੰਗਾਂ ਦੀਵਾਰ ਬਣ ਕੇ ਅੱਗੇ ਖਲੋ ਜਾਂਦੀਆਂ ਬੰਦੇ ਦੇ ਜੀ। ਤੁਸੀਂ ਵੇਖ ਲਿਓ, ਸੰਸਾਰ ਦੀਆਂ ਮੰਗਾਂ ਕੰਧ ਬਣ ਕੇ ਅੱਗੇ ਖਲੋ ਜਾਂਦੀਆਂ, ਬੰਦਾ ਸੰਸਾਰ ਦੀਆਂ ਗੱਲਾਂ ਮੰਗਣ ਲੱਗ ਪੈਂਦਾ ਜੀ। ਇੱਕ ਮਹਾਂਪੁਰਖ ਆਪਣੇ ਇੱਕ ਚੇਲੇ 'ਤੇ ਬੜੇ ਪ੍ਰਸੰਨ ਹੋਏ, ਨਾਮ ਜਪਣ ਵਾਲੇ ਸਨ। ਉਹ ਕਹਿਣ ਲੱਗੇ, ਗੁਰਮੁਖਾ ਭਲਿਆ ਲੋਕਾ, ਕੱਲ੍ਹ ਆਈ ਸਾਡੇ ਕੋਲ, ਸਵੇਰ ਸੂਰਜ ਆਰੰਭ ਹੋ ਜਾਏਗਾ, ਜਦੋਂ ਚੜ੍ਹ ਜਾਏਗਾ ਡੁੱਬਣ ਤੱਕ, ਜੋ ਜੋ ਤੂੰ ਆਪਣੀ ਜ਼ੁਬਾਨ ਤੋਂ ਕਹੇਗਾ ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕਰਕੇ ਤੈਨੂੰ ਸਾਰਾ ਕੁਝ ਹੀ ਦਵਾ ਦਿਆਂਗੇ। ਕਹਿਣ ਲੱਗਾ, ਸਭ ਕੁਝ ਦਵਾ ਦਿਆਂਗੇ। ਉਹ ਕਹਿਣ ਲੱਗਾ ਜੀ ਠੀਕ ਹੈ। ਸਾਰੀ ਦਿਹਾੜੀ ਉਹਨੂੰ ਦਿੱਤੀ ਵੀ ਮੰਗੀ ਚੱਲ, ਅੱਜ ਤੂੰ ਸਾਰੀ ਦਿਹਾੜੀ ਮੰਗਣਾ ਹੀ ਆ, ਅਤੇ ਗੁਰੂ ਨਾਨਕ ਸਾਹਿਬ ਜੀ ਦੇ ਕੋਲੋਂ ਕਹਿ ਕੇ ਤੈਨੂੰ ਸਾਰਾ ਕੁਝ ਦਵਾਉਣਾ ਅਸੀਂ। ਕਹਿਣ ਲੱਗੇ, ਲਓ ਜੀ ਸਾਰੀ ਦਿਹਾੜੀ ਵਿੱਚ ਉਹਨੇ ਬੱਚੇ ਤੱਕ ਆਪਣੇ ਵਿਦੇਸ਼ ਵਿੱਚ ਪੱਕੇ ਕਰਾ ਲਏ ਜੀ। ਇਹ ਵੀ ਕੰਮ ਹੋ ਜੇ, ਇਹ ਵੀ ਕੰਮ ਹੋ ਜੇ, ਇਹ ਵੀ ਕੰਮ ਹੋ ਜੇ, ਮਾਇਆ ਵੀ ਮੰਗ ਲਈ, ਸਭ ਕੁਝ ਮੰਗ ਲਿਆ। ਅਤੇ ਸ਼ਾਮੀ ਖੁਸ਼ੀ ਖੁਸ਼ੀ ਜਦੋਂ ਘਰ ਜਾਂਦੇ ਆ, ਅਤੇ ਰਸਤੇ 'ਚ ਗੁਰਮੁਖ ਮਿਲ ਪਿਆ ਇੱਕ, ਉਹ ਕਹਿੰਦਾ ਕੀ ਗੱਲ ਭਾਈ, ਅੱਜ ਖੁਸ਼ ਬੜਾ। ਉਹ ਕਹਿਣ ਲੱਗਾ, ਸਾਨੂੰ ਮਹਾਂਪੁਰਖਾਂ ਆਖਿਆ ਸੀ ਜੋ ਮੰਗੇਗਾ ਮਿਲੇਗਾ ਗੁਰੂ ਘਰੋਂ। ਕਹਿਣ ਲੱਗਾ, ਅੱਜ ਮੈਂ ਸਭ ਕੁਝ ਹੀ ਮੰਗ ਲਿਆ। ਉਹ ਕਹਿੰਦੇ ਕੀ ਮੰਗਿਆ? ਉਹਨੇ ਗਿਣਤੀ ਦਿਖਾਤੀ ਹੱਥ ਜੋੜ ਕੇ। ਕਹਿਣ ਲੱਗਾ, ਮੈਂ ਸਾਰਾ ਕੁਝ ਮੰਗਦਾ ਗਿਆ, ਅਤੇ ਮਹਾਂਪੁਰਖ ਸੱਤ ਸੱਤ ਕਰਦੇ ਰਹੇ ਜੀ, ਮਿਲ ਜਾਏਗਾ ਮਿਲ ਜਾਏਗਾ। ਉਹ ਗੁਰਮੁਖ ਕਹਿੰਦਾ, ਤੇ ਨਾਮ ਦੀ ਦਾਤ ਮੰਗੀ ਸੀ ਮਹਾਂਪੁਰਖਾਂ ਕੋਲੋਂ? ਮਹਾਂਪੁਰਖ ਨਾਮ ਦੀ ਦਾਤ ਵੀ ਸਤਿਗੁਰੂ ਜੀ ਪਾਸੋਂ ਦਵਾ ਦਿੰਦੇ? ਮੱਥੇ 'ਤੇ ਹੱਥ ਮਾਰਿਆ, ਕਹਿਣ ਲੱਗਾ, ਓਹੋ ਇਹ ਤੇ ਮੰਗਣ ਦਾ ਚੇਤਾ ਹੀ ਭੁੱਲ ਗਿਆ। ਕਹਿਣ ਲੱਗਾ, ਵਾਪਸ ਆਇਆ ਮਹਾਂਪੁਰਖਾਂ ਨੂੰ, ਕਹਿਣ ਲੱਗਾ, ਮਹਾਂਪੁਰਖੋ ਇੱਕ ਵਸਤੂ ਰਹਿ ਗਈ ਮੰਗਣ ਵਾਲੀ। ਮਹਾਂਪੁਰਖ ਕਹਿੰਦੇ ਕਿਹੜੀ? ਕਹਿਣ ਲੱਗਾ, ਨਾਮ ਮੰਗਣਾ ਸੀਗਾ, ਨਾਮ ਦੀ ਦਾਤ ਨਹੀਂ ਮੰਗੀ, ਬੰਦਗੀ ਨਹੀਂ ਮੰਗੀ। ਮਹਾਂਪੁਰਖ ਕਹਿੰਦੇ ਭਾਈ ਹੁਣ ਸਮਾਂ ਲੰਘ ਗਿਆ, ਹੁਣ ਕੁਝ ਨਹੀਂ ਬਣ ਸਕਦਾ। ਕਹਿਣ ਲੱਗੇ, ਹੁਣ ਨਹੀਂ ਮਿਲਣੀ। ਕਹਿਣ ਲੱਗੇ, ਉਹ ਬੜਾ ਤਰਲੇ ਲਵੇ, ਕਹਿੰਦੇ ਹੁਣ ਸਮਾਂ ਹੀ ਲੰਘ ਗਿਆ, ਹੁਣ ਨਹੀਂ ਕੁਝ ਮਿਲਣਾ ਜੀ। ਹੁਣ ਗੁਰੂ ਸਾਹਿਬ ਜੀ ਦੀ ਬਾਣੀ ਸੁਣ ਲਓ ਜੀ।
ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ ਜੀ ਤੋਂ, ਗੁਰੂ ਜੀ ਤੋਂ ਨਾਮ ਮੰਗਣਾ ਤੇ ਸ੍ਰੇਸ਼ਟ ਹੈ, ਤੇ ਜੇ ਨਾਮ ਨਹੀਂ ਮੰਗਿਆ ਤੇ ਮੰਗੀਆਂ ਹੋਈਆਂ ਮੰਗਾਂ ਵਿੱਚੋਂ ਦੁੱਖ ਪੈਦਾ ਹੋਣ ਲੱਗ ਪੈਂਦਾ ਹੈ ਜੀ। ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ ਤਾਂ ਉਤਰੈ ਮਨ ਕੀ ਭੁੱਖ ਭੁੱਖ। ਗੁਰਮੁਖੋ ਬਹੁਤ ਕੁਝ ਮੰਗ ਲਿਆ ਪਰ ਭੁੱਖ ਨਹੀਂ ਤੇ ਦੂਰ ਹੁੰਦੀ ਜੀ, ਨਾਮ ਜਪਣ ਵਾਲਿਆਂ ਦੀ ਭੁੱਖ ਦੂਰ ਹੋ ਜਾਂਦੀ ਹੈ ਜੀ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਨਾਮ ਜਪਣ ਵਾਲਿਆਂ ਦੀ ਪਹਿਲਾਂ ਭੁੱਖ ਹੀ ਦੂਰ ਹੁੰਦੀ, ਉਹਨਾਂ ਦੇ ਅੰਦਰ ਮੰਗ ਨਹੀਂ ਕਿਸੇ ਪ੍ਰਕਾਰ ਦੀ ਰਹਿ ਜਾਂਦੀ ਜੀ। ਤੁਸੀਂ ਵੇਖ ਲਿਓ ਨਾਮ ਜਪਣ ਵਾਲੇ ਸ਼ਾਂਤ ਬੈਠੇ, ਉਹਨਾਂ ਨੂੰ ਕਿਤੇ ਜਾਣ ਦਾ ਕੋਈ ਲਾਲਚ ਨਹੀਂ ਹੈਗਾ ਜੀ, ਸ਼ਾਂਤ ਬੈਠੇ ਨੇ। ਕਿਉਂ? ਭੱਜਦਾ ਤੋਂ ਫਿਰੇ ਵੀ ਜਿਹੜੀਆਂ ਭੁੱਖਾਂ ਮਰੀਆਂ ਨੇ, ਜਿਨ੍ਹਾਂ ਦੀ ਭੁੱਖ ਮਰ ਗਈ ਉਹਨਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਰਹੀ ਜੀ, ਸਿਵਾ ਗੁਰੂ ਘਰੋਂ ਜੀ। ਉਹ ਆਪਣੇ ਸਤਿਗੁਰੂ ਜੀ ਦੇ ਘਰ ਜਾਂਦੇ, ਸਤਿਗੁਰੂ ਜੀ ਦੇ ਹੱਥ ਅੱਗੇ ਹੱਥ ਪੱਲਾ ਜੋੜਦੇ ਆ ਜੀ। ਹਾਂਜੀ, ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ। ਗੁਰਮੁਖੋ ਪੱਕੀ ਗੱਲ ਇਹ ਹੈ ਵੀ ਵਾਹਿਗੁਰੂ ਜੀ ਦੇ ਨਾਮ ਤੋਂ ਬਗੈਰ ਜੋ ਬੰਦਾ ਮੰਗੀ ਜਾਏਗਾ ਦੁੱਖ ਹੀ ਨਿਕਲੇਗਾ ਜੀ, ਦੁੱਖ ਨਿਕਲੇਗਾ। ਕਿਉਂ? ਮਹਾਰਾਜ ਨੇ ਬਾਣੀ ਚ ਲਿਖ ਦਿੱਤਾ ਜੀ। ਹਾਂਜੀ, ਤੇ ਨਾਮ ਵੀ ਕਿਹੜਾ ਜੀ ਜਿਹਦੇ ਵਿੱਚ ਵਾਹਿਗੁਰੂ ਜੀ ਦਾ ਮਿਲਾਪ ਹੋਵੇ ਜੀ। ਵਿਣ ਤੁਧ ਹੇ ਵਾਹਿਗੁਰੂ ਤੇਰੇ ਤੋਂ ਬਗੈਰ, ਜੇ ਕੁਝ ਹੋਰ ਮੰਗਣਾ ਹੈ ਤੇ ਉਹ ਦੁੱਖ ਹੀ ਨੇ ਦੁੱਖ ਜੀ। ਤੇ ਪ੍ਰਾਪਤੀ ਕਿਵੇਂ ਹੋਏਗੀ? ਦੇਹ ਨਾਮ ਸੰਤੋਖੀ ਆ, ਨਾਮ ਸੰਤੋਖੀ ਹੁੰਦਾ ਜੀ, ਨਾਮ ਦੇ ਅੰਦਰ ਬੜਾ ਸੰਤੋਖ ਹੈ ਤੇ ਨਾਮ ਵਿੱਚ ਸੰਤੋਖ ਹੈ, ਇਸ ਕਰਕੇ ਨਾਮ ਜਪਣ ਵਾਲੇ ਦੇ ਅੰਦਰ ਵੀ ਸੰਤੋਖ ਆ ਜਾਂਦਾ ਹੈ ਜੀ। ਦੇਹ ਨਾਮ ਸੰਤੋਖੀ ਆ ਤਾਂ ਉਤਰੈ ਮਨ ਕੀ ਭੁੱਖ, ਫਿਰ ਮਨ ਦੀਆਂ ਭੁੱਖਾਂ ਦੂਰ ਹੋ ਜਾਂਦੀਆਂ ਜੀ। ਬੜੇ ਬੜੇ ਨਾਮ ਜਪਣ ਵਾਲੇ ਸੰਤੋਖੀ, ਬਹੁਤ ਬਹੁਤ ਸੰਤੋਖੀ, ਕਿਸੇ ਨੂੰ ਦੂਜੀ ਗੱਲ ਆਖੀ ਨਹੀਂ ਜੀ ਉਹਨਾਂ ਨੇ ਕਦੀ ਜੀ। ਭਗਤ ਗੁਰ ਕਿਰਪਾਲ ਸਿੰਘ ਜੀ ਗਰਵਾਲੀ ਪਿੰਡ ਅੰਦਰ ਬੜੇ ਵੱਡੇ ਮਹਾਂਪੁਰਖ ਹੋਏ ਜੀ, ਬੜਾ ਨਾਮ ਅਭਿਆਸ ਕੀਤਾ ਜੀ, 18 ਘੰਟੇ ਦਾ ਚੌਂਕੜਾ ਸੀਗਾ ਜੀ, ਇੰਨਾ ਨਾਮ ਅਭਿਆਸ ਸੀਗਾ ਜੀ। ਤੇ ਕਿਸੇ ਦੇ ਘਰ ਵਿੱਚ ਗਏ, ਅਵਲ ਤੇ ਜਾਂਦੇ ਨਹੀਂ ਸੀ ਹੁੰਦੇ, ਕਿਸੇ ਪ੍ਰੇਮੀ ਨੇ ਬੜੇ ਤਰਲੇ ਕੀਤੇ ਤਾਂ ਉਹਦੇ ਘਰ ਗਏ ਜੀ, ਉਹ ਜੀ ਚਿੱਟੇ ਛੋਲੇ ਬਣੇ ਜੀ, ਕਾਬਲੀ ਛੋਲੇ, ਮਿਰਚ ਬੜੀ ਜੀ, ਬੜੀਆਂ ਮਿਰਚਾਂ ਜੀ। ਨਾਲ ਦੇ ਸਿੰਘ ਸੀਕਰਾ ਮਾਰਨ ਤੇ ਮਹਾਂਪੁਰਖਾਂ ਪਤਾ ਕੀ ਕੀਤਾ ਜੀ, ਉਹ ਛੋਲੇ ਸਾਰੇ ਕੱਢ ਕੇ ਨਾ ਜੀ ਤੇ ਤਰੀ ਹੋਰ ਵਧਾ ਕੇ ਤੇ ਉਹ ਛੱਕ ਗਏ ਜੀ। ਕਿਸੇ ਨੂੰ ਇੱਥੋਂ ਤੱਕ ਨਹੀਂ ਆਖਿਆ ਵੀ ਪ੍ਰਸ਼ਾਦਾ ਤੇ ਤੁਸੀਂ ਬੜਾ ਬਣਾਇਆ ਪਰ ਪ੍ਰਸ਼ਾਦੇ ਚ ਮਿਰਚ ਬੜੀ ਪਾਈ, ਇਹ ਵੀ ਗੱਲ ਨਹੀਂ ਉਹਨਾਂ ਨੇ ਆਖੀ ਜੀ। ਇਹ ਸਮੇਂ ਨਾ ਅਵਸਥਾ ਹੈ, ਕਿਤੇ ਫੋਕੀ ਗੱਲ ਨਾ ਸਮਝ ਲਿਓ ਵੀ ਵਿਹਲੀ ਜੀ ਗੱਲ ਤੁਹਾਨੂੰ ਸੁਣਾ ਦਿੱਤੀ, ਨਹੀਂ ਗੁਰਮੁਖੋ, ਸਮੇਂ ਦੇ ਨਾਲ ਅਵਸਥਾ ਆ ਜਾਂਦੀ ਬੰਦੇ ਦੇ ਅੰਦਰ ਜੀ, ਮੰਗਾਂ ਸਭ ਅੰਦਰ ਖਤਮ ਹੋ ਜਾਂਦੀਆਂ ਜੀ, ਪਰ ਸਮੇਂ ਦੇ ਨਾਲ ਜੀ, ਸਮੇਂ ਤੋਂ ਪਹਿਲਾਂ ਬੰਦਾ ਮੰਗਦਾ ਹੀ ਰਹਿੰਦਾ ਜੀ। ਜਦੋਂ ਮੰਗਾਂ ਖਤਮ ਹੋ ਜਾਂਦੀਆਂ ਨਾ ਜੀ, ਫਿਰ ਇੰਨੀ ਵੱਡੀ ਤਾਕਤ ਆਉਂਦੀ ਵੀ ਬੰਦਾ ਜੋ ਸੋਚੇ ਉਹ ਅੱਗੇ ਵਸਤੂ ਹਾਜ਼ਰ ਹੋ ਜਾਂਦੀ ਹੈ ਜੀ। ਪਰ ਇਹ ਅਵਸਥਾ ਉਰੋਂ ਆਉਂਦੀ ਜਦੋਂ ਮੰਗਾਂ ਖਤਮ ਹੋਣ ਦੀ, ਰੱਬ ਨੂੰ ਮੰਗਣ ਤੋਂ ਬਗੈਰ, ਨਾਮ ਮੰਗਣ ਤੋਂ ਬਗੈਰ ਸਭ ਦੁਖੀ ਆ, ਜੋ ਮਰਜ਼ੀ ਮੰਗੀ ਚੱਲੋ ਜੀ, ਕਰੀ ਚੱਲੋ ਦੁੱਖ ਇਕੱਠੇ ਜੀ। ਸੱਚੇ ਪਾਤਸ਼ਾਹ ਮਿਹਰ ਕਰਨ, ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ। ਪੀਰ ਬੁੱਧੂ ਸ਼ਾਹ ਜੀ ਸਤਿਗੁਰੂ ਜੀ ਨੂੰ ਕਹਿਣ ਲੱਗੇ, ਸੱਚੇ ਪਾਤਸ਼ਾਹ ਆਪਣੀ ਕਿਰਪਾ ਕਰ ਦਿਓ, ਹੋਰ ਕੁਝ ਨਹੀਂ ਚਾਹੀਦਾ ਜੀ, ਕਿਰਪਾ ਹੀ ਨਾਮ ਹੈ ਜੀ। ਮਹਾਰਾਜ ਬੜੇ ਪ੍ਰਸੰਨ ਹੋਏ, ਮਹਾਰਾਜ ਕਹਿੰਦੇ ਪੀਰ ਜੀ ਉਹ ਤੇ ਤੁਹਾਨੂੰ ਦੇ ਦਿੱਤੀ। ਕਹਿਣ ਲੱਗੇ ਹੋਰ, ਪੀਰ ਜੀ ਕਹਿੰਦੇ ਕੁਝ ਨਹੀਂ ਚਾਹੀਦਾ। ਮਹਾਰਾਜ ਕਹਿੰਦੇ ਸਾਡਾ ਜੀ ਕਰਦਾ
ਤੁਹਾਨੂੰ ਇਹੋ ਜਿਹੀ ਵਸਤੂ ਦਈਏ ਜਿਹੜੀਆਂ ਤੁਹਾਡੀਆਂ ਕੁੱਲਾਂ ਵਿੱਚ ਵਸਤੂ ਚੱਲੇ, ਜਿਹੜੀ ਵਸਤੂ ਜੀ ਮਹਾਰਾਜ ਹੁਕਮ ਕਰੋ, ਸਤਿਗੁਰੂ ਸੱਚੇ ਪਾਤਸ਼ਾਹ ਕੇਸਾਂ ਕੰਘਾ ਕਰਨ ਦੇ ਹੀ, ਕੇਸਾਂ ਨੂੰ ਜਦੋਂ ਕੇਸਾਂ ਨੂੰ ਕੰਘਾ ਕਰੀਏ ਤੇ ਕੰਘੇ 'ਚ ਕੇਸ ਆ ਜਾਂਦੇ ਜੀ, ਕੁਝ ਕੇਸ ਆ ਜਾਂਦੇ ਜਿਹਨੂੰ ਸਿੰਘ ਮੁਰਦਾ ਕੇਸ ਵੀ ਕਹਿੰਦੇ ਨੇ ਜੀ। ਹਾਂਜੀ, ਉਹ ਸਤਿਗੁਰੂ ਜੀ ਦੇ ਸੀਸ ਦੇ ਪਵਿੱਤਰ ਕੇਸ, ਮਹਾਰਾਜ ਕਹਿੰਦੇ ਪੀਰ ਜੀ ਕਰੋ ਝੋਲੀ, ਕੰਘੇ ਸਮੇਤ ਕੇਸ ਗੁਰੂ ਜੀ ਨੇ ਝੋਲੀ ਪਾ ਦਿੱਤੇ ਜੀ, ਨਾਲ ਸੱਚੇ ਪਾਤਸ਼ਾਹ ਨੇ ਦਸਤਾਰਾ ਦਿੱਤਾ ਜੀ ਇੱਕ, ਨਾਲ ਛੋਟੀ ਕਿਰਪਾਨ ਦਿੱਤੀ, ਪੀਰ ਜੀ ਨੇ ਸਭ ਕੁਝ ਸਿਰ ਤੇ ਰੱਖ ਲਿਆ ਜੀ, ਸਭ ਕੁਝ ਸਿਰ ਤੇ ਰੱਖ ਲਿਆ। ਮਹਾਰਾਜ ਕਹਿਣ ਲੱਗੇ ਤੁਹਾਡੀਆਂ ਕੁੱਲਾਂ ਵਿੱਚ ਇਹ ਵਸਤੂ ਰਹੇਗੀ, ਸਾਡੇ ਸਿੱਖ ਇਹਨਾਂ ਵਸਤੂਆਂ ਦੇ ਦਰਸ਼ਨ ਕਰਕੇ ਭੇਟਾ ਦਿਆ ਕਰਨਗੇ ਤੁਹਾਨੂੰ ਕਹਿਣ ਲੱਗੇ। ਸੋ ਸੰਗਤ ਜੀ, ਪੀਰ ਜੀ ਨੇ ਆਪਾ ਵਾਰਿਆ, ਪੁੱਤ ਵਾਰੇ, ਮੁਰੀਦ ਵਾਰੇ, ਪਰ ਸੱਚੇ ਪਾਤਸ਼ਾਹ ਕੋਲੋਂ ਸਤਿਗੁਰੂ ਜੀ ਦੀਆਂ ਖੁਸ਼ੀਆਂ ਲਈਆਂ ਜੀ। ਸਭ ਕੁਝ ਵਾਰ ਕੇ ਜੇ ਅੰਦਰ ਹਉਮੈ ਤੇ ਹੰਕਾਰ ਹੀ ਬਣਿਆ ਰਿਹਾ ਨਾ ਜੀ, ਤਾਂ ਵੀ ਖੁਸ਼ੀ ਨਹੀਂ ਪ੍ਰਾਪਤ ਹੁੰਦੀ ਜੀ। ਫਿਰ ਤੇ ਜੈਸਾ ਵਾਰਿਆ ਤੈਸਾ ਨਾ ਵਾਰਿਆ ਜੀ। ਦਇਆ ਰਾਮ ਜੀ ਨੂੰ ਸਤਿਗੁਰੂ ਜੀ ਨੇ ਢਾਲ ਬਖਸ਼ਿਸ਼ ਕੀਤੀ ਜੀ। ਮਹਾਰਾਜ ਕਹਿੰਦੇ ਸਾਡੇ ਸਿੱਖ ਇਸ ਢਾਲ ਦੇ ਦਰਸ਼ਨ ਕਰਿਆ ਕਰਨਗੇ, ਭੇਟਾ ਅੱਗੇ ਰੱਖਿਆ ਕਰਨਗੇ, ਤੁਹਾਡੀ ਕੁੱਲ ਦਾ ਗੁਜ਼ਾਰਾ ਵਧੀਆ ਹੋਏਗਾ ਜੀ। ਮਹੰਤ ਕਿਰਪਾਲ ਦਾਸ ਜੀ ਉਦਾਸੀ ਮਹਾਤਮਾ, ਜਟਾਵਾਂ ਵਾਲੇ ਸਾਧੂ ਜਿਨ੍ਹਾਂ ਜੰਗ 'ਚ ਡਾਂਗ ਹੀ ਚਲਾਈ ਸੀ, ਮਹਾਰਾਜ ਨੇ ਆਪਣਾ ਅੱਧਾ ਦਸਤਾਰਾ ਉਤਾਰ ਕੇ ਅਤੇ ਮਹੰਤ ਜੀ ਦੇ ਸੀਸ ਉੱਤੇ ਆਪ ਸਜਾ ਕੇ ਆਖਿਆ, ਤੁਹਾਡੇ ਸੰਪਰਦਾ ਦਾ ਸਤਿਕਾਰ ਹੋਏਗਾ। ਮਹਾਰਾਜ ਕਹਿਣ ਲੱਗੇ, ਕੜਾ ਪ੍ਰਸ਼ਾਦ ਸਿੰਘੋ ਛਕਾਇਆ ਕਰੋ, ਸਿੱਖੋ ਕੜਾ ਪ੍ਰਸ਼ਾਦ ਛਕਾਇਆ ਕਰੋ। ਅਤੇ ਫਿਰ ਮਹਾਰਾਜ ਦੇ ਤਿੰਨ ਭਰਾ, ਬੀਬੀ ਵੀਰੋ ਜੀ ਦੇ ਤਿੰਨ ਪੁੱਤਰ ਸਾਹਮਣੇ ਬੈਠੇ ਸਨ, ਦੋਨਾਂ ਵਿੱਚੋਂ ਸ਼ਹੀਦ ਹੋ ਗਏ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨਾਲ ਬਚਨ ਕਰਦੇ। ਤਿੰਨੋਂ ਭਰਾ ਗੁਰੂ ਜੀ ਨੂੰ ਬੇਨਤੀ ਕਰਦੇ, ਸਤਿਗੁਰੂ ਜਿਵੇਂ ਸਾਡੇ ਦੋ ਭਰਾ ਲੇਖੇ ਲੱਗ ਗਏ ਤੁਹਾਡੇ ਕੰਮ ਆ ਗਏ, ਕਿਰਪਾ ਕਰੋ ਅਸੀਂ ਵੀ ਤੁਹਾਡੇ ਕੰਮ ਆਈਏ ਸੱਚੇ ਪਾਤਸ਼ਾਹ, ਅਸੀਂ ਵੀ ਲੇਖੇ ਲੱਗ ਜਾਈਏ। ਗੁਰਮੁਖੋ, ਇਹ ਅਵਸਥਾ ਬੜੀ ਵੱਡੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਮਹਾਰਾਜ ਨੇ ਉਹਨਾਂ ਨੂੰ ਵੀ ਸਰੋਪੇ ਦਿੱਤੇ, ਸਭ ਦਾ ਮਾਣ ਸਤਿਕਾਰ ਗੁਰੂ ਜੀ ਨੇ ਕੀਤਾ। ਹੁਣ ਇਹਦੇ ਤੋਂ ਅੱਗੇ ਮਹਾਰਾਜ ਨੇ ਖਾਲਸੇ ਨਾਲ, ਵਾਹਿਗੁਰੂ ਸਿੱਖਾਂ ਨਾਲ ਬੜੇ ਬਚਨ ਕੀਤੇ। ਸਿੱਖ ਕਹਿਣ ਮਹਾਰਾਜ ਇੱਥੇ ਰਾਜ ਕਰਨਾ, ਇੱਥੇ ਕਰਨਾ, ਮਹਾਰਾਜ ਕਹਿੰਦੇ ਸਿੱਖੋ ਤੁਹਾਨੂੰ ਸਾਰੀ ਧਰਤੀ ਦਾ ਰਾਜ ਦੇਣਾ ਅਸੀਂ ਕਹਿਣ ਲੱਗੇ, ਤੁਹਾਨੂੰ ਤੇ ਸਾਰੀ ਧਰਤੀ ਦੇ ਰਾਜੇ ਬਣਾਉਣਾ ਜੀ, ਸਾਰੇ ਤੁਹਾਡੇ ਅੱਗੇ ਝੁਕਿਆ ਕਰਨਗੇ ਤੇ ਰਾਜ ਕਰੇਗਾ ਖਾਲਸਾ, ਆ ਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲਾਂਗੇ, ਬੱਚਾ ਸ਼ਰਨ ਜੋ ਹੋਏ। ਸਤਿਗੁਰੂ ਜੀ ਦੇ ਬਚਨ ਸੱਤ ਨੇ ਜੀ ਸਾਦਾ, ਔਰ ਇਹ ਸਮੇਂ ਦੇ ਨਾਲ ਸੱਤ ਹੋ ਵੀ ਜਾਣਗੇ ਜੀ। ਹੁਣ ਇਹਦੇ ਤੋਂ ਅੱਗੇ ਜੋ ਪ੍ਰਸੰਗ ਹੈ, ਮਹਾਰਾਜ ਸੱਚੇ ਪਾਤਸ਼ਾਹ ਹੁਣ ਪਾਉਂਟਾ ਸਾਹਿਬ ਤੋਂ ਅਨੰਦਪੁਰ ਸਾਹਿਬ ਚਾਲੇ ਪਾ ਰਹੇ ਨੇ। ਮਹਾਰਾਜ ਨੇ ਫੁਰਨਾ ਬਣਾਇਆ ਵੀ ਹੁਣ ਪਾਉਂਟਾ ਸਾਹਿਬ ਬਹੁਤ ਸਮਾਂ ਰਹੇ ਹਾਂ, ਆਪਣੇ ਨਗਰ ਦੀ ਵੀ ਸੰਭਾਲ ਕਰੀਏ। ਜੇ ਮਹਾਰਾਜ ਚਾਹੁੰਦੇ ਪਹਾੜੀ ਤੇ ਹਾਰ ਚੁੱਕੇ ਸਨ, ਉਹ ਤੇ ਭੱਜ ਗਏ ਸਨ ਜੀ, ਤੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀਆਂ ਥਾਵਾਂ ਤੇ ਕਬਜ਼ਾ ਵੀ ਕਰ ਸਕਦੇ ਸੀਗੇ। ਪਰ ਸਤਿਗੁਰੂ ਜੀ ਦਾ ਮਨੋਰਥ ਕਬਜ਼ਾ ਕਰਨਾ ਨਹੀਂ ਹੈਗਾ, ਸਤਿਗੁਰੂ ਸੱਚੇ ਪਾਤਸ਼ਾਹ ਤੇ ਸਭ ਨੂੰ ਬਖਸ਼ਣ ਵਾਲੇ ਹਨ ਜੀ, ਮਹਾਰਾਜ ਤੇ ਸਾਰਿਆਂ ਤੇ ਬਖਸ਼ਿਸ਼ਾਂ ਕਰਨ ਵਾਲੇ, ਸਾਰਿਆਂ ਤੇ ਰਹਿਮਤਾਂ ਕਰਨ ਵਾਲੇ, ਸਭ ਤੇ ਸਤਿਗੁਰੂ ਜੀ ਕਿਰਪਾ ਕਰਨ ਵਾਲੇ ਹਨ। ਸੋ ਹੁਣ ਮਹਾਰਾਜ ਨਾ ਅਨੰਦਪੁਰ ਸਾਹਿਬ ਜਾ ਰਹੇ ਨੇ, ਰਸਤੇ ਵਿੱਚ ਗੁਰੂ ਸਾਹਿਬ ਜੀ ਦਾ ਸਫ਼ਰ ਅਤੇ ਮਹਾਰਾਜ ਜੋ ਕੌਤਕ ਕਰਦੇ ਨੇ, ਇਹ ਹੁਣ ਆਪਾਂ ਅੱਗੋਂ ਕਥਾ ਵਿੱਚ ਸਰਵਣ ਕਰਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਭਗਤੀ ਦੀ ਦਾਤ ਬਖਸ਼ਿਸ਼ ਕਰਨ, ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਿਮਰਨ ਦੀ ਦਾਤ ਬਖਸ਼ਿਸ਼ ਕਰਨ, ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਆਪਣਾ ਪਿਆਰ ਬਖਸ਼ਿਸ਼ ਕਰਨ ਜੀ।
आओ बड़े प्यार दे नाल सारी संगत दोवें हाथ जोड़ के कहो जी सतनाम श्री वाहे गुरु साहिब जी राखो जी सतनाम श्री वाहे गुरु साहिब जी सतनाम श्री वाहे गुरु साहिब जी। जुद जीत आए जबे टिके न तिन पुर पाम दीनस कूच कराए गुर तजियो पामटा थाम। जदों महाराज जुद जीत के आ गए ते गुरु के सिख बड़े खुश जी, खुशी विच कहिंदे ना पैर नहीं टिकदा धरती ते, ਉਹ ਵਾਲਾ ਹਿਸਾਬ ਸੀ ਮਹਾਰਾਜ ਹੁਣ ਅਸੀਂ ਇੱਧਰ ਵੀ ਕਬਜ਼ਾ ਕਰਨਾ, ਮਹਾਰਾਜ ਅਸੀਂ ਉੱਧਰ ਵੀ ਕਬਜ਼ਾ ਕਰਨਾ, ਅਤੇ ਮਹਾਰਾਜ ਸੱਚੇ ਪਾਤਸ਼ਾਹ ਅੰਤਰਜਾਮੀ ਸਭ ਕੁਝ ਜਾਣਦੇ। ਮਹਾਰਾਜ ਸਿੱਖਾਂ ਨੂੰ ਕਹਿੰਦੇ ਹੁੰਦੇ ਸਿੱਖੋ ਸਹਿਜ ਵਿੱਚ ਰਹਿਣਾ, ਜੋ ਵਾਹਿਗੁਰੂ ਜੀ ਦੇ ਹੁਕਮ ਵਿੱਚ ਹੋ ਰਿਹਾ ਸਭ ਠੀਕ ਹੋ ਰਿਹਾ। ਕਹਿਣ ਲੱਗੇ ਸਮੇਂ ਨਾਲ ਤੁਸੀਂ ਇੱਕ ਇੱਕ ਪਿੰਡ ਦੀ ਗੱਲ ਕਰਦੇ, ਅਸੀਂ ਸਾਰੀ ਧਰਤੀ ਦਾ ਹੀ ਰਾਜ ਤੁਹਾਨੂੰ ਦੇ ਦੇਣਾ ਜੀ। ਇਹ ਬਚਨ ਸਤਿਗੁਰੂ ਜੀ ਨੇ ਪਾਉਂਟਾ ਸਾਹਿਬ ਵੀ ਕਹੇ ਸਨ ਜੀ। ਹੁਣ ਸਾਧ ਸੰਗਤ ਜੀ ਦੀਨ ਸਕੂਚ ਕਰਾਏ ਗੁਰੂ ਤਜਿਓ ਪਾਮਟਾ ਥਾਨ, ਉਸ ਥਾਂ 'ਤੇ ਮਹਾਰਾਜ ਨੇ ਪੱਕਾ ਹੀ ਮਹਾਰਾਜ ਦੀ ਸੀਗੀ ਜੀ, ਪਰ ਫਿਰ ਵੀ ਸੱਚੇ ਪਾਤਸ਼ਾਹ ਹੁਣ ਬਹੁਤ ਲੰਮਾ ਸਮਾਂ ਉੱਥੇ ਰਹਿੰਦਿਆਂ ਨੂੰ ਹੋ ਗਿਆ, ਇਸ ਕਰਕੇ ਸੱਚੇ ਪਾਤਸ਼ਾਹ ਹੁਣ ਆਨੰਦਪੁਰ ਸਾਹਿਬ ਨੂੰ ਚਾਲਾ ਪਾ ਦਿੱਤਾ। ਸੈਨ ਸਹਿਤ ਗੁਰ ਥਿਤ ਕਰੇ ਡੇਰਾ ਲਦਵਾਇਓ, ਸੈਨ ਸਹਿਤ ਗੁਰ ਥਿਤ ਕਰੇ ਡੇਰਾ ਲਦਵਾਇਓ। ਸੱਚੇ ਪਾਤਸ਼ਾਹ ਸੈਨਾ ਸਮੇਤ ਗੁਰੂ ਸਾਹਿਬ ਕੂਚ ਕਰਨਾ ਚਾਹੁੰਦੇ ਜੀ। ਜਿੰਨਾ ਡੇਰਾ ਸੀਗਾ ਭਾਵ ਸਮਾਨ ਸੀ, ਉਹ ਸਾਰਾ ਸਿੱਖਾਂ ਨੇ ਗੱਡਿਆਂ ਦੇ ਉੱਤੇ ਲੱਦਿਆ। ਸਨੇ ਸਨੇ ਸਭ ਚੱਲ ਪਰੇ ਨੀਕੇ ਲੱਖ ਪਾਇਓ, ਸਤਿਗੁਰੂ ਜੀ ਦਾ ਹੁਕਮ ਪਾ ਕੇ ਸਾਰੇ ਸਿੱਖ ਹੌਲੀ ਹੌਲੀ ਸਾਧ ਸੰਗਤ ਜੀ ਆਨੰਦਪੁਰ ਸਾਹਿਬ ਨੂੰ ਚਾਲਾ ਪਾ ਦਿੱਤਾ ਸਾਰਿਆਂ ਨੇ। ਹਾਂਜੀ, ਭਏ ਪ੍ਰਭੂ ਅਸਵਾਰ ਤਬ ਰਣਜੀਤ ਨਗਾਰਾ। ਜਦੋਂ ਮਹਾਰਾਜ ਪਾਉਂਟਾ ਸਾਹਿਬ ਤੋਂ ਸਾਧ ਸੰਗਤ ਜੀ ਆਨੰਦਪੁਰ ਸਾਹਿਬ ਨੂੰ ਚੱਲੇ, ਮਹਾਰਾਜ ਘੋੜੇ ਤੇ ਸੁਭਾਏ ਮਨ ਹੋਏ, ਰਣਜੀਤ ਨਗਾਰ ਰਣਜੀਤ ਨਗਾਰੇ ਵਾਲੇ ਨੇ ਰਣਜੀਤ ਨਗਾਰਾ ਵਜਾਇਆ। ਹਾਂਜੀ, ਬਾਜ ਉੱਡਿਓ ਬੜ ਬੰਬ ਜੁੱਤ ਨਿਜ ਸ਼ਬਦ ਪਸਾਰਾ। ਤੇ ਗੁਰਮੁਖੋ ਗੁਰੂ ਸਾਹਿਬ ਜੀ ਦਾ ਜਦੋਂ ਰਣਜੀਤ ਨਗਾਰਾ ਵਜਿਆ, ਆਸੇ ਪਾਸੇ ਪਹਾੜੀਆਂ ਵਿੱਚ ਖਬਰ ਗਈ ਜੀ, ਖਬਰ ਗਈ, ਆਸੇ ਪਾਸੇ ਆਵਾਜ਼ਾਂ ਗਈਆਂ ਰਣਜੀਤ ਨਗਾਰੇ ਦੀਆਂ। ਹਾਂਜੀ, ਗਿਰ ਗਿਰ ਮਹਿ ਪ੍ਰਤ ਧੁਨ ਉੱਠੀ ਕੰਪੇ ਗਿਰ ਨਾਥਾ। ਮਹਾਰਾਜ ਤੇ ਚੱਲੇ ਨੇ ਪਾਉਂਟਾ ਸਾਹਿਬ ਤੋਂ, ਪਰ ਜਦੋਂ ਨਗਾਰਾ ਵੱਜਿਆ ਤੇ ਨਗਾਰੇ ਦੀ ਆਵਾਜ਼ ਪਹਾੜਾਂ ਦੇ ਵਿੱਚ ਗਈ, ਤੇ ਪਹਾੜੀ ਰਾਜਿਆਂ ਨੇ ਜਦੋਂ ਆਵਾਜ਼ ਸੁਣੀ ਸਾਰੇ ਹਿਰਦੇ ਤੋਂ ਫਿਰ ਕੰਬ ਉੱਠੇ ਜੀ, ਵੀ ਕਿਤੇ ਫਿਰ ਤਾਂ ਨਹੀਂ ਜੰਗ ਕਰਕੇ ਆ, ਜੰਗ ਕਰਨ ਲਈ ਆਪੇ ਸਾਡੇ ਵੱਲ, ਅੱਗੇ ਬੜੀ ਵੱਡੀ ਹਾਰ ਹੋਈ ਸੀ ਇਹਨਾਂ ਦੀ। ਹਾਂਜੀ, ਗੁਰੂ ਛੁਟਾਏ ਨਾ ਰਾਜ ਕਉ ਇਮ ਡਰ ਕੇ ਸਾਥਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਿਤੇ ਸਾਡਾ ਰਾਜ ਖੋ ਹੀ ਨਾ ਲੈਣ, ਇਹ ਫੁਰਨਾ ਬਣਾਇਆ ਸਾਰਿਆਂ ਨੇ, ਸਾਰੇ ਰਾਜੇ ਨਗਾਰਾ ਸੁਣ ਕੇ ਹੀ ਡਰ ਗਏ ਜੀ। ਹੁਣ ਵੇਖ ਲਓ, ਮਹਾਰਾਜ ਨੇ ਤੇ ਨਗਾਰਾ ਵਜਾਇਆ ਸੀਗਾ ਚੱਲਣ ਵਾਸਤੇ ਜੀ, ਹੁਣ ਜਿਹਦੀ ਬੁੱਧੀ ਮਲੀਨ ਹੈ ਉਹਨੇ ਸੋਚ ਹੀ ਉਹੋ ਜਿਹੀ ਸੋਚਣੀ, ਉਹਦੀ ਦੂਜੀ ਸੋਚ ਵਿੱਚ ਕੁਝ ਹੋਰ ਨਹੀਂ ਤੇ ਚੱਲਣਾ ਜੀ। ਹਾਂਜੀ, ਉਹ ਇਹੋ ਸੋਚਣ ਲੱਗ ਪਏ ਵੀ ਮਹਾਰਾਜ ਸਾਡੇ 'ਤੇ ਚੜ੍ਹਾਈ ਕਰਕੇ ਨਾ ਆ ਜਾਣ, ਸਾਡੇ ਰਾਜ ਭਾਗ ਨਾ ਖੋ ਲੈਣ, ਇਹ ਨਹੀਂ ਪਤਾ ਸਤਿਗੁਰੂ ਜੀ ਦਾ ਕੰਮ ਖੋਣਾ ਨਹੀਂ ਹੈਗਾ, ਗੁਰੂ ਜੀ ਦਾ ਕੰਮ ਵੰਡਣਾ ਹੈ। ਮਹਾਰਾਜ 'ਤੇ ਵੰਡਣ ਵਾਲੇ ਨੇ ਸੱਚੇ ਪਾਤਸ਼ਾਹ, ਖੋ ਮਾਈ ਕਰਨ ਵਾਲੇ ਨਹੀਂ ਹੈਗੇ। ਹਾਂਜੀ, ਜਿੱਤ ਕਿੱਤ 'ਤੇ ਪਾਠ ਨਰਨ ਕੋ ਸੁਧ ਸਭਨ ਮੰਗਾਈ। ਤੇ ਉਹਨਾਂ ਨਾ ਜੀ ਫਿਰ ਆਪਣੇ ਬੰਦੇ ਭੇਜੇ ਜੀ, ਆਪਣੇ ਬੰਦਿਆਂ ਨੂੰ ਭੇਜਿਆ, ਭਾਈ ਪਤਾ ਕਰੋ ਕੀ ਗੱਲ ਹੋ ਗਈ ਹੈ, ਕਿਉਂ ਮਹਾਰਾਜ ਨੇ ਨਗਾਰਾ ਵਜਵਾਇਆ। ਹਾਂਜੀ, ਆਨੰਦਪੁਰ ਕੋ ਕੂਚ ਕਰ ਗਏ ਗਮਨੇ ਗੋਸਾਈ। ਉਹਨਾਂ ਨੂੰ ਪਤਾ ਲੱਗਾ ਰਾਜਿਆਂ ਨੂੰ ਵੀ ਮਹਾਰਾਜ ਸਾਡੇ ਤੇ ਹਮਲਾ ਨਹੀਂ ਕਰਨ ਲੱਗੇ, ਬਲਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਤੇ ਆਨੰਦਪੁਰ ਸਾਹਿਬ ਨੂੰ ਚਾਲਾ ਪਾ ਰਹੇ ਨੇ ਜੀ, ਹਮਲਾ ਨਹੀਂ ਕਰਨ ਲੱਗੇ, ਬਲਕਿ ਪਾਉਂਟਾ ਸਾਹਿਬ ਤੋਂ ਆਨੰਦਪੁਰ ਸਾਹਿਬ ਨੂੰ ਚਾਲਾ ਪਾ ਦਿੱਤਾ ਗੁਰੂ ਜੀ ਨੇ। ਹਾਂਜੀ, ਸੁਪਤੇ ਸੁਖ ਕੀ ਨੀਂਦ ਸਭ ਨਤ ਡਰੈ ਬਿਸਾਲਾ। ਗੱਜ ਕੇ ਆਖੋ ਵਾਹਿਗੁਰੂ, ਫਿਰ ਇਹਨਾਂ ਨੂੰ ਸੁੱਖ ਦੀ ਨੀਂਦ ਆਈ ਜੀ, ਪਹਿਲਾਂ ਤਾਂ ਡਰਦੇ ਹੀ ਰਹੇ ਜੀਗੇ ਵੀ ਮਹਾਰਾਜ
ਕਿਤੇ ਫਿਰ ਨਾ ਸਾਡੇ ਤੇ ਹਮਲਾ ਕਰ ਦੇਣ, ਫਿਰ ਨਾ ਸਾਨੂੰ ਯੁੱਧ ਕਰਨਾ ਪਵੇ। ਡਰਦੇ ਰਹੇ ਪਰ ਜਦੋਂ ਪਤਾ ਲੱਗਾ ਵੀ ਜੰਗ ਨਹੀਂ ਕਰਨੀ, ਅਨੰਦਪੁਰ ਸਾਹਿਬ ਚੱਲੇ ਨੇ, ਫਿਰ ਸਾਰਿਆਂ ਨੂੰ ਸੁੱਖ ਦੀ ਨੀਂਦ ਆਈ। ਹਾਂਜੀ, ਚੜੇ ਪਾਵਟੇ ਨਗਰ ਤੇ ਇਸ ਰੀਤ ਕਿਰਪਾਲਾ। ਇਸ ਤਰੀਕ ਵਾਹਿਗੁਰੂ ਇਸ ਰੀਤ ਦੇ ਨਾਲ ਕਿਰਪਾਲੂ ਸੱਚੇ ਪਾਤਸ਼ਾਹ ਗਰੀਬ ਨਿਵਾਜ ਅਨੰਦਪੁਰ ਸਾਹਿਬ ਤੋਂ ਪੌਂਟਾ ਸਾਹਿਬ ਨੂੰ ਗੁਰੂ ਜੀ ਨੇ ਚਾਲਾ ਪਾਇਆ। ਉੱਠੇ ਧੂਲ ਨਭ ਮੈਂ ਉੱਡੀ ਢਾਂਪਿਓ ਰੱਬ ਜਾਈ। ਹੁਣ ਉਦੋਂ ਕਿਹੜਾ ਵਧੀਆ ਸੜਕਾਂ ਸੀਗੀਆਂ, ਫੌਜਾਂ ਜਾ ਰਹੀਆਂ, ਹਾਥੀ ਘੋੜੇ ਜਾ ਰਹੇ, ਬੜਾ ਘੱਟਾ ਮਿੱਟੀ ਉੱਡ ਰਿਹਾ ਜੀ। ਹਾਂਜੀ, ਛੁੱਟੇ ਤੜਾਕੇ ਤੁਪਕ ਕੇ ਵੱਡ ਸ਼ਬਦ ਉਡਾਈ। ਹੁਣ ਚੁੱਪ ਚਪੀਤੇ ਤੇ ਤਾਂ ਜਾਣ ਵੀ ਜੇ ਹਾਰੇ ਹੋਣ, ਗੁਰੂ ਕੀਆਂ ਫੌਜਾਂ ਤੇ ਜਿੱਤੀਆਂ ਹੋਈਆਂ ਸਨ ਜੀ। ਗੁਰੂ ਕੇ ਸਿੰਘ ਫਿਰ ਬੰਦੂਕਾਂ ਹਵਾ ਚ ਛੱਡਦੇ ਆ ਜੀ। ਉਹ ਬੰਦੂਕਾਂ ਦੀ ਆਵਾਜ਼ ਆਉਂਦੀ ਹੈ। ਹਾਂਜੀ, ਕੂਦਤ ਜਾਤ ਤੁਰੰਗ ਗਨ ਕਰ ਬੇਗ ਪਲਾ ਮੈਂ। ਤੇ ਸਾਧ ਸੰਗਤ ਜੀ ਘੋੜੇ ਕੁੱਦਦੇ ਹੋਏ ਜਾ ਰਹੇ ਨੇ, ਬੜੀ ਤੇਜ਼ੀ ਦੇ ਨਾਲ ਘੋੜੇ ਭੱਜ ਰਹੇ ਨੇ, ਜਾ ਰਹੇ ਨੇ ਤੇ ਪੌਂਟਾ ਸਾਹਿਬ ਤੋਂ ਅਨੰਦਪੁਰ ਸਾਹਿਬ ਨੂੰ ਜੀ। ਹਾਂਜੀ, ਪੌਰ ਪਰੈ ਦ੍ਰਿੜ ਠੌਰ ਮੈਂ ਨਾਦਤ ਮਗ ਜਾ ਮੈਂ। ਤੇ ਸਾਧ ਸੰਗਤ ਜੀ ਬੜੀ ਦ੍ਰਿੜਤਾ ਦੇ ਨਾਲ, ਬੜੀ ਦ੍ਰਿੜਤਾ ਦੇ ਨਾਲ ਗੁਰੂ ਕੀਆਂ ਫੌਜਾਂ ਜਾ ਰਹੀਆਂ ਨੇ, ਮਹਾਰਾਜ ਅੱਗੇ ਅੱਗੇ ਹਨ, ਹਰ ਪਾਸੇ ਸੁੱਖ ਸੁੱਖ ਬਣਿਆ ਹੋਇਆ ਜੀ, ਹਰ ਪਾਸੇ ਜੀ। ਹਾਂਜੀ, ਭਾਏ ਸਿੱਖ ਘਾਇਲ ਸੁਭੱਟ ਸੇ ਚੱਲੇ ਉਠਾਏ। ਜਿਹੜੇ ਸਿੱਖ ਜੰਗ ਵਿੱਚ ਜ਼ਖਮੀ ਹੋ ਚੁੱਕੇ ਸਨ, ਤੁਰ ਨਹੀਂ ਸੀ ਸਕਦੇ, ਉਹ ਫਿਰ ਮੰਜੇ ਤੇ ਲੰਮੇ ਪਾ ਕੇ ਚਾਰ ਸਿੱਖ ਉਹਨਾਂ ਨੂੰ ਚੁੱਕ ਕੇ ਅਨੰਦਪੁਰ ਸਾਹਿਬ ਲੈ ਕੇ ਜਾ ਰਹੇ ਸਨ ਜੀ। ਕਿਉਂ? ਉਹ ਵੀ ਜ਼ਖਮੀ ਹੋਏ, ਮਹਾਰਾਜ ਦੇ ਪਿਆਰ ਵਿੱਚ ਹੀ ਹੋਏ ਜੀ ਸਾਰੇ ਜੀ। ਹਾਂਜੀ, ਗ੍ਰਾਮਨ ਕੇ ਨਰ ਬ੍ਰਿੰਦ ਹੀ ਸਿਰ ਧਰ ਗਮਨਾਏ। ਬੜੇ ਪਿੰਡ ਦੇ ਲੋਕ ਮਹਾਰਾਜ ਨੂੰ ਇਹ ਕਹਿਣ ਲੱਗ ਪਏ, ਸੱਚੇ ਪਾਤਸ਼ਾਹ ਇਹਨਾਂ ਜ਼ਖਮੀ ਸਿੱਖਾਂ ਨੂੰ ਚੁੱਕ ਕੇ ਅਨੰਦਪੁਰ ਸਾਹਿਬ ਲੈ ਕੇ ਜਾਣ ਦੀ ਸੇਵਾ ਸਾਨੂੰ ਬਖਸ਼ਿਸ਼ ਕਰ ਦਿਓ ਜੀ। ਉਹ ਸੇਵਾ ਕਰ ਰਹੇ ਨੇ ਇਹ ਵਾਲੀ। ਹਾਂਜੀ, ਖਾਨ ਪਾਨ ਕੀ ਸੁੱਧ ਸਕਲ ਭਾਖੀ ਬਹੁ ਲੀਜੈ। ਮਹਾਰਾਜ ਕਹਿਣ ਲੱਗੇ, ਭਾਈ ਜੇ ਅਸੀਂ ਅੱਗੇ ਵੀ ਲੰਘ ਜਾਈਏ ਤੇ ਫਿਰ ਇੱਕ ਕੰਮ ਕਰਨਾ ਹੈ ਕਿ ਇਹਨਾਂ ਜ਼ਖਮੀਆਂ ਦੇ ਖਾਣ ਪੀਣ ਦਾ ਪੂਰਾ ਧਿਆਨ ਰੱਖਣਾ। ਕਹਿਣ ਲੱਗੇ, ਖਾਣ ਕਿਉਂ? ਜਿਨ੍ਹਾਂ ਨੇ ਪਿਆਰ ਕੀਤਾ ਹੁੰਦਾ ਨਾ, ਫਿਰ ਮਹਾਰਾਜ ਉਹਨਾਂ ਦਾ ਧਿਆਨ ਵੀ ਰੱਖਦੇ ਜੀ। ਉੱਥੇ ਟਕਸਾਲ ਦੇ ਵਿੱਚ ਨਾ ਜੀ, ਬਾਬਾ ਠਾਕਰ ਸਿੰਘ ਜੀ ਦੇ ਸਮੇਂ ਬੜੇ ਸਿੰਘ ਐਸੇ ਹੁੰਦੇ ਸਨ ਜਿਨ੍ਹਾਂ ਅਭਿਆਸ ਹੀ ਕਰਨਾ ਹੁੰਦਾ ਸੀਗਾ, ਦੂਜੀ ਗੱਲ ਨਹੀਂ ਸੀ ਕੋਈ ਕਰਦੇ, ਬੋਲਦੇ ਨਹੀਂ ਸੀ ਹੁੰਦੇ ਜੀ। ਉਹਨਾਂ ਅਭਿਆਸ ਕਰਨਾ ਜੀ, ਅਤੇ ਮਹਾਂਪੁਰਖਾਂ ਨੇ ਨਾ ਜੀ ਅਭਿਆਸੀ ਸਿੰਘਾਂ ਨੂੰ ਇੱਕ ਦੋ ਪਚੰਗੇ ਦਿੱਤੇ ਹੁੰਦੇ ਸੀਗੇ ਜੀ। ਉਹਨਾਂ ਕੀ ਕਰਨਾ ਵੀ ਉਹਨਾਂ ਅਭਿਆਸੀ ਸਿੰਘਾਂ ਦੀ ਨਾ ਜੀ ਸੇਵਾ ਕਰਨੀ ਜੀ, ਪ੍ਰਸ਼ਾਦਾ ਵੀ ਉੱਥੇ ਲਿਆ ਕੇ ਛਕਾਉਣਾ, ਹਰ ਪ੍ਰਕਾਰ ਦੀ ਸੇਵਾ 'ਚ ਹਾਜ਼ਰ ਰਹਿਣਾ ਜੀ। ਅਤੇ ਸਿੰਘ ਵਿੱਚੋਂ ਫਿਰ ਬਾਬਾ ਜੀ ਨੂੰ ਕਹਿਣ ਲੱਗੇ, ਬਾਬਾ ਜੀ ਇਹਨਾਂ ਵਿਹਲਿਆਂ ਦੇ ਵਾਸਤੇ ਤੁਸੀਂ ਇਹਨਾਂ ਨੂੰ ਪਚੰਗੇ ਦਿੱਤੇ, ਇਹਨਾਂ ਦੀ ਸੇਵਾ ਵਾਸਤੇ। ਹੁਣ ਮਹਾਂਪੁਰਖਾਂ ਨੂੰ ਤਾਂ ਪਤਾ ਸੀ ਨਾ ਇਹ ਵਿਹਲੇ ਨਹੀਂ ਹੈਗੇ, ਅਸਲੀ ਕੰਮ ਹੀ ਇਹ ਕਰ ਰਹੇ ਨੇ ਜੀ, ਅਭਿਆਸ ਕਰਦੇ, ਭਜਨ ਕਰਦੇ। ਮਹਾਂਪੁਰਖ ਕਹਿੰਦੇ, ਭਾਈ ਜਿਹੋ ਜੇ ਇਹ ਵਿਹਲੇ ਨੇ ਉਹੋ ਜੇ ਤੁਸੀਂ ਹੋ ਜਾਓ, ਤੁਹਾਨੂੰ ਵੀ ਸੇਵਾਦਾਰ ਦੇ ਦਿਆਂਗੇ। ਕਹਿਣ ਲੱਗੇ, ਭਾਵ ਜਿਵੇਂ ਇਹ ਅਭਿਆਸ ਕਰ ਰਹੇ ਨੇ ਨਾ, ਉਵੇਂ ਤੁਸੀਂ ਵੀ ਕਰੋ ਅਤੇ ਤੁਹਾਨੂੰ ਵੀ ਸੇਵਾਦਾਰ ਦੇ ਦਿੰਦੇ। ਕਹਿਣ ਲੱਗੇ, ਗੁਰਮੁਖੋ ਜਿਹਦੀ ਜਿੰਨੀ ਕੁ ਲਿਆਕਤ ਹੋਵੇ ਉਹਨੂੰ ਓਨੀ ਕੁ ਪੁੱਛ ਗਿੱਛ ਮਿਲਦੀ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਨੇ ਖਾਸ ਸਿੱਖਾਂ ਨੂੰ ਹੁਕਮ ਕੀਤਾ, ਸਿੱਖੋ ਜਿਹੜੇ ਜੰਗ ਵਿੱਚ ਜ਼ਖਮੀ ਹੋ ਗਏ ਨਾ, ਇਹਨਾਂ ਦਾ ਪ੍ਰਸ਼ਾਦਾ ਸਹੀ ਸਮੇਂ ਇਹਨਾਂ ਨੂੰ ਮਿਲਣਾ ਚਾਹੀਦਾ, ਦਵਾ ਬੂਟੀ ਹਰ ਗੱਲ ਹਰ ਸਮੇਂ ਇਹਨਾਂ ਨੂੰ ਪ੍ਰਾਪਤ ਹੋਣੀ ਚਾਹੀਦੀ ਹੈ, ਸਮੇਂ ਵਿੱਚ ਅੱਗਾ ਪਿੱਛਾ ਨਹੀਂ ਹੋਣਾ ਚਾਹੀਦਾ ਜੀ। ਹਾਂਜੀ, ਬਾਂਸ਼ਤ ਇਨਕੋ ਨਿਸ ਦਿਵਸ ਹਾਜ਼ਰ ਕਰ ਦੀਜੈ। ਜੋ ਇਹ ਮੰਗਣ ਉਹ ਵਸਤੂ ਤਤਕਾਲ ਇਹਨਾਂ ਦੇ ਅੱਗੇ ਹਾਜ਼ਰ ਕਰ ਦੇਣੀ ਹੈ, ਇਹਨਾਂ ਨੂੰ ਬਹੁਤਾ ਲੰਮਾ ਸਮਾਂ ਕਿਸੇ ਵਸਤੂ ਨੂੰ ਉਡੀਕਣਾ ਨਾ ਪਵੇ। ਹਾਂਜੀ, ਅਲਪ ਸੈਲ ਕੁਛ ਪੰਥ ਮੈਂ ਕ੍ਰਮ ਕਰ ਉਲੰਘ ਕੈ। ਇਹ ਗੁਰਮੁਖੋ ਕੁਝ ਤੇ ਬੜੀ ਹੌਲੀ ਹੌਲੀ ਪਿੱਛੇ ਆ ਰਹੇ ਸਨ, ਜਦੋਂ ਮਹਾਰਾਜ ਪੌਂਟਾ ਸਾਹਿਬ ਤੋਂ ਅਨੰਦਪੁਰ ਸਾਹਿਬ ਜਾ ਰਹੇ ਸਨ ਜੀ,
ਕਿਉਂ ਰਸਤੇ 'ਚ ਛੋਟੇ ਛੋਟੇ ਪੱਥਰ ਸਨ, ਉਹਨਾਂ ਨੂੰ ਪਾਰ ਕਰਨ ਲੱਗਿਆਂ ਸਮਾਂ ਲੱਗਣਾ ਹੁੰਦਾ ਸੀਗਾ ਜੀ। ਹਾਂਜੀ, ਵਹਿਰ ਆਏ ਡੇਰਾ ਕਰਿਓ ਸੁੱਠ ਥਲ ਪਿਖ ਕਹਿ ਕੈ। ਇੱਕ ਸੋਹਣੀ ਥਾਂ ਵੇਖ ਕੇ ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਡੇਰਾ ਕੀਤਾ ਜੀ, ਆਸਣ ਲਾਇਆ ਜੀ। ਹਾਂਜੀ, ਉਤਰੇ ਤਜਿਓ ਤੁਰੰਗ ਪ੍ਰਭ ਪ੍ਰਿਅੰਕ ਡਸਾਏ। ਹੁਣ ਵੀ ਉਹ ਸਥਾਨ ਬਣਿਆ ਹੋਇਆ, ਪਾਉਂਟਾ ਸਾਹਿਬ ਤੋਂ ਜਦੋਂ ਅਨੰਦਪੁਰ ਸਾਹਿਬ ਨੂੰ ਜਾਓ ਤੇ ਰਸਤੇ 'ਚ ਸਥਾਨ ਬਣਿਆ ਜੀ ਇੱਕ ਜੀ। ਮਹਾਰਾਜ ਨੇ ਉੱਥੇ ਡੇਰਾ ਕੀਤਾ, ਗੁਰੂ ਕੇ ਸਿੱਖਾਂ ਨੇ ਪਲੰਘਾ ਡਾਇਆ ਸੱਚੇ ਪਾਤਸ਼ਾਹ ਵਾਸਤੇ ਜੀ। ਇਹ ਸਾਰਾ ਸਮਾਨ ਨਾਲ ਹੀ ਲੈ ਕੇ ਜਾਂਦੇ ਹੁੰਦੇ ਸੀ ਸਿੰਘ, ਸਾਡੇ ਸੱਚੇ ਪਾਤਸ਼ਾਹ ਨੇ ਜੇ ਰਸਤੇ 'ਚ ਬਹਿਣਾ ਹੋਵੇ ਤਾਂ ਬੈਠਣਗੇ ਕਿਵੇਂ, ਪਲੰਘਾ ਵੀ ਨਾਲ ਹੀ ਰੱਖਦੇ ਹੁੰਦੇ ਸੀਗੇ ਜੀ। ਪਲੰਘਾ ਡਾਇਆ, ਵਿਛਾਈ ਕੀਤੀ, ਮਹਾਰਾਜ ਦਸਵੇਂ ਪਾਤਸ਼ਾਹ ਉਸ ਪਲੰਘੇ 'ਤੇ ਬੈਠੇ ਜੀ, ਸੱਜੇ ਮਹਾਰਾਜ। ਹਾਂਜੀ, ਸ਼ਮਿਆਨੇ ਤੰਬੂ ਤੰਨੇ ਤਤ ਛਿਨ ਤਿਸ ਥਾਏ। ਤੰਬੂ ਕਨਾਤਾਂ ਵੀ ਨਾਲ ਹੀ ਹੁੰਦੀਆਂ ਸਨ ਜੀ, ਤੰਬੂ ਕਨਾਤਾਂ ਸਭ ਤਾਣ ਦਿੱਤੀਆਂ ਗਈਆਂ, ਸਾਰਾ ਕੁਝ ਲੱਗ ਗਿਆ ਜੀ। ਹਾਂਜੀ, ਤ੍ਰਿਣ ਦਾਣੇ ਕੋ ਲਿਆਏ ਕਰ ਕਰ ਤੁਰੰਗਨ ਦੀਨਾ। ਗੁਰੂ ਕੇ ਸਿੱਖ ਘੋੜਿਆਂ ਵਾਸਤੇ ਘਾਹ ਦਾਣਾ ਸਭ ਕੁਝ ਲੈ ਕੇ ਆ ਗਏ ਜੀ, ਛੇਤੀ ਛੇਤੀ ਜੀ। ਹਾਂਜੀ, ਦੇਗ ਦੀਰਗਾ ਤਿਆਰ ਭੀ ਗੁਰ ਅਵਚਨ ਕੀਨਾ। ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਜੀ ਗਰੀਬ ਨਵਾਜ ਜੀ ਵਾਸਤੇ ਲੰਗਰ ਤਿਆਰ ਹੋਇਆ ਜੀ, ਫੌਜਾਂ ਵਾਸਤੇ ਲੰਗਰ ਤਿਆਰ ਹੋਇਆ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਲੰਗਰ ਅਚਵਿਆ, ਛਕਿਆ, ਮਹਾਰਾਜ ਨੇ ਪ੍ਰਸ਼ਾਦਾ ਪਿਆਰ ਦੇ ਨਾਲ ਪਲੰਘੇ 'ਤੇ ਬੈਠੇ। ਗੁਰੂ ਕੇ ਸਿੱਖ ਫੁਰਤੀਲੇ ਬੜੇ ਹੁੰਦੇ ਸੀਗੇ ਜੀ, ਬਸ ਹੱਲੇ ਨਾਲ ਹੀ ਸਾਰੇ ਕੰਮ ਕਰਨੇ ਜੀ ਉਹਨਾਂ ਨੇ। ਹਾਂਜੀ, ਖਾਣ ਪਾਨ ਕਰ ਸਕਲ ਦਲ ਸੁੱਖ ਤੇ ਸੁਪਤਾਏ। ਸ਼ਾਮ ਨੂੰ ਰਹਿਰਾਜ ਸਾਹਿਬ ਜੀ ਦਾ ਪਾਠ ਉੱਥੇ ਹੀ ਹੋਣਾ ਸੀਗਾ, ਪਾਠ ਹੋਇਆ ਫਿਰ ਸਾਰਿਆਂ ਨੇ ਆਰਾਮ ਕੀਤਾ ਜੀ, ਸਾਰੇ ਦਿਨ ਦੀ ਥਕਾਵਟ ਦੂਰ ਕੀਤੀ ਜੀ ਸਭ ਨੇ। ਹਾਂਜੀ, ਨਿਸਾ ਬਿਖੈ ਬਿਸਰਾਮ ਤੇ ਸ਼ਰਮ ਦੀ ਨਸਾਏ। ਹਾਂਜੀ, ਅੰਮ੍ਰਿਤ ਵੇਲਾ ਜਾਗ ਕੈ ਕਰ ਸੋਚ ਸ਼ਨਾਨਾ। ਹੁਣ ਅੰਮ੍ਰਿਤ ਵੇਲਾ ਹੋ ਗਿਆ ਜੀ, ਅੰਮ੍ਰਿਤ ਵੇਲਾ ਹੋਇਆ, ਸਾਰੇ ਗੁਰੂ ਕੇ ਸਿੱਖਾਂ ਨੇ ਇਸ਼ਨਾਨ ਕੀਤਾ, ਸੋਚ ਇਸ਼ਨਾਨ ਕੀਤਾ ਜੀ। ਹਾਂਜੀ, ਸ਼ਸਤਰ ਬਸਤਰ ਤਨ ਪਹਿਨ ਕੈ ਪ੍ਰਭ ਕੀਨਸ ਪਿਆਨਾ। ਤੇ ਸ਼ਸਤਰ ਬਸਤਰ ਤਿਆ ਸਜਾ ਕੇ ਮਹਾਰਾਜ ਦੀ ਹਾਜ਼ਰੀ ਚ ਆਏ ਤੇ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਪੜ੍ਹ ਰਹੇ ਸਨ ਜੀ। ਮਹਾਰਾਜ ਧਿਆਨ ਵਿੱਚ ਵੀ ਬੈਠਦੇ ਹੁੰਦੇ ਸਨ ਤੇ ਮਹਾਰਾਜ ਬਾਣੀ ਵੀ ਆਪ ਮੁੱਖ ਤੋਂ ਪੜ੍ਹਦੇ ਹੁੰਦੇ ਸੀਗੇ ਜੀ। ਤੁਸੀਂ ਛੇਵੇਂ ਪਾਤਸ਼ਾਹ ਦੀ ਕਥਾ ਸੁਣੀ, ਛੇਵੇਂ ਪਾਤਸ਼ਾਹ ਹਰ ਰੋਜ਼ ਬੋਲ ਕੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਉੱਚੀ ਕਰਦੇ ਹੁੰਦੇ ਸੀਗੇ ਜੀ। ਹੁਣ ਇਹਦੇ ਦੋ ਭਾਵ ਨੇ, ਮਹਾਰਾਜ ਦੇ ਅੰਦਰ ਤੇ ਬਾਣੀ ਅੱਠੇ ਪੈਰ ਚੱਲ ਰਹੀ ਹੈ, ਉਹਨਾਂ ਨੂੰ ਬਾਹਰੋਂ ਬੋਲ ਕੇ ਤੇ ਪਾਠ ਕਰਨ ਦੀ ਲੋੜ ਨਹੀਂ ਹੈਗੀ ਜੀ, ਪਰ ਬਾਹਰੋਂ ਬੋਲ ਕੇ ਪਾਠ ਇਸ ਕਰਕੇ ਕਰਦੇ ਵੀ ਜਿਹੜੇ ਸਾਹਮਣੇ ਬੈਠੇ ਨੇ ਇਹਨਾਂ ਦੇ ਅੰਦਰ ਚਾਓ ਪੈਦਾ ਹੋਵੇ ਬਾਣੀ ਪੜ੍ਹਨ ਦਾ ਜੀ, ਨਹੀਂ ਤਾਂ ਸਾਰੇ ਹੱਥ ਤੇ ਹੱਥ ਧਰ ਕੇ ਬਹਿ ਜਾਣਗੇ ਵੀ ਮਹਾਰਾਜ ਨਹੀਂ ਪੜ੍ਹਨ ਦੇ। ਇਹ ਨਹੀਂ ਪਤਾ ਵੀ ਮਹਾਰਾਜ ਦੇ ਅੰਦਰ ਤੇ ਅੱਠੇ ਪੈਰ ਹੀ ਚੱਲ ਰਿਹਾ ਜੀ, ਇਹਨੂੰ ਕਹਿੰਦੇ ਜਨ ਪਰ ਉਪਕਾਰੀ ਆਏ। ਲੋੜ ਨਹੀਂ ਹੈਗੀ ਮਹਾਰਾਜ ਨੂੰ, ਪਰ ਮਹਾਰਾਜ ਕਰਕੇ ਵਿਖਾਉਂਦੇ ਸਾਰਾ ਕੁਝ ਜੀ। ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਸਿੱਖ ਮਹਾਰਾਜ ਦੇ ਦਰਸ਼ਨ ਕਰਨ ਆਏ, ਮਹਾਰਾਜ ਧਿਆਨ 'ਚ ਬੈਠੇ ਬਾਣੀ ਪੜ੍ਹਦੇ। ਹਾਂਜੀ, ਤਿਆਰ ਹੋਏ ਸਭ ਦਲ ਚੜ੍ਹਿਓ ਧੌਂਸਾ ਤੁੰਘਾਰੇ। ਉੱਥੋਂ ਫਿਰ ਚੱਲਣ ਦਾ ਤਿਆਰਾ ਹੋ ਗਿਆ ਜੀ, ਜਿੱਥੇ ਰਸਤੇ 'ਚ ਪੜਾਅ ਕੀਤਾ ਸੀ, ਨਗਾਰਾ ਵੱਜਿਆ, ਫਿਰ ਚਾਲਾ ਪਾਇਆ ਜੀ। ਹਾਂਜੀ, ਮਾਰਗ ਪ੍ਰਸਥਾਨੇ ਪ੍ਰਭੂ ਬਿਦ ਤਿਓ ਜਗ ਸਾਰੇ। ਤੇ ਹਰ ਇੱਕ ਨੂੰ ਪਤਾ ਲੱਗ ਗਿਆ ਜੀ, ਹੁਣ ਆਸੇ ਪਾਸੇ ਪਿੰਡਾਂ 'ਚ ਪਤਾ ਲੱਗ ਗਿਆ ਵੀ ਮਹਾਰਾਜ ਸੱਚੇ ਪਾਤਸ਼ਾਹ ਪਾਉਂਟਾ ਸਾਹਿਬ ਤਿਆਗ ਕੇ ਤੇ ਅਨੰਦਪੁਰ ਸਾਹਿਬ ਨੂੰ ਜਾ ਰਹੇ ਨੇ ਜੀ। ਜੇ ਚਾਹੁੰਦੇ ਤੇ ਪਾਉਂਟਾ ਸਾਹਿਬ ਹੀ ਰਹਿ ਸਕਦੇ ਸੀ, ਕਿਉਂ ਜੰਗ ਤੋਂ ਹਾਰ ਚੁੱਕੇ ਸਨ ਜੀ, ਮਹਾਰਾਜ ਉੱਥੇ ਵੀ ਪੜਾਅ ਪੱਕਾ ਲਾ ਸਕਦੇ ਸੀਗੇ। ਪਰ ਮਹਾਰਾਜ ਸੱਚੇ ਪਾਤਸ਼ਾਹ ਸਿੱਖਾਂ ਨੂੰ ਕਹਿੰਦੇ, ਸਿੱਖੋ ਅਨੰਦਪੁਰ ਸਾਹਿਬ ਸਾਡੇ ਪਿਤਾ ਜੀ ਦੀ ਥਾਂ ਹੈ, ਕਹਿਣ ਲੱਗੇ ਉੱਥੇ ਜਾਣਾ ਆਪਾਂ। ਸੋ ਮਹਾਰਾਜ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਜਾ ਰਹੇ, ਆਸੇ ਪਾਸੇ ਸਭ ਨੂੰ ਪਤਾ ਲੱਗ ਗਿਆ ਜੀ। ਹਾਂਜੀ, ਸ਼ਹਿਰ ਸਡੌਰੇ ਨਿਕਟ ਕਉ ਆਗੇ ਚਲ ਜਾਲੇ। ਤੇ ਕਰਦਿਆਂ ਕਰਦਿਆਂ ਸਡੌਰੇ ਆ ਗਏ ਸੱਚੇ ਪਾਤਸ਼ਾਹ। ਸਡੌਰੇ ਕੌਣ ਰਹਿੰਦਾ ਜੀ? ਹਾਂਜੀ, ਹਾਂ, ਪੀਰ ਬੁੱਧੂ ਸ਼ਾਹ ਜੀ ਰਹਿੰਦੇ ਜੀ, ਗੱਜ ਕੇ ਆਖੋ ਵਾਹਿਗੁਰੂ। ਪੀਰ ਬੁੱਧੂ ਸ਼ਾਹ ਜੀ ਸਡੌਰੇ ਰਹਿੰਦੇ ਨੇ ਜੀ,
ਮਹਾਰਾਜ ਸੱਚੇ ਪਾਤਸ਼ਾਹ ਸਡੌਰੇ ਆ ਗਏ। ਹਾਂਜੀ, ਨਾਹਣ ਕੇ ਨਿਰਪ ਜਬ ਸੁਣਿਓ ਗੁਰ ਕੂਚ ਸੰਭਾਲੇ। ਉਤਰੋਂ ਪੌਂਟਾ ਸਾਹਿਬ ਵਾਲੀ ਥਾਂ ਜਿਸ ਰਾਜੇ ਨੇ ਭੇਟਾ ਕੀਤੀ ਸੀ, ਨਾਹਣ ਦਾ ਰਾਜਾ ਮੇਦਨੀ ਪ੍ਰਕਾਸ਼, ਉਹਨੂੰ ਪਤਾ ਲੱਗਾ ਵੀ ਮਹਾਰਾਜ ਤੇ ਆਨੰਦਪੁਰ ਸਾਹਿਬ ਨੂੰ ਚਾਲਾ ਪਾ ਤਾ। ਹਾਂਜੀ, ਇਸਮ ਆਨੰਦਪੁਰ ਅਪਨ ਕਉ ਕਰ ਹੈ ਤੇ ਵਾਸਾ। ਮਹਾਰਾਜ ਆਨੰਦਪੁਰ ਸਾਹਿਬ ਹੁਣ ਜਾ ਕੇ ਵਾਸਾ ਕਰਨਗੇ, ਪੌਂਟਾ ਸਾਹਿਬ ਨਹੀਂ ਰਹਿਣਗੇ। ਚੱਲੇ ਜਾਤ ਜੁਤ ਬਾਹਿਨੀ ਸੁਨ ਮਿਦਨ ਪ੍ਰਕਾਸ਼ਾ, ਤੂਰਨ ਪਠਿਓ ਵਕੀਲ ਕੋ ਕਹਿ ਸਭ ਸਮਝਾਈ। ਉਹਨੇ ਉਸੇ ਵੇਲੇ ਹੀ ਆਪਣਾ ਇੱਕ ਵਕੀਲ ਗੁਰੂ ਸਾਹਿਬ ਨੂੰ ਭੇਜਿਆ। ਇੱਥੋਂ ਗੱਲ ਬੜੇ ਧਿਆਨ ਨਾਲ ਸੁਣਨ ਵਾਲੀ, ਜੇ ਤੁਸੀਂ ਧਿਆਨ ਨਾ ਸੁਣੋ ਤੇ ਬੰਦਾ ਡਰਨ ਵੀ ਲੱਗ ਪਏਗਾ ਜੀ, ਅੰਦਰ ਭੈ ਵੀ ਪੈਦਾ ਹੋਏਗਾ ਜੀ। ਉਹਨੇ ਉਸੇ ਵੇਲੇ ਆਪਣਾ ਵਕੀਲ ਭੇਜਿਆ ਜੀ। ਹਾਂਜੀ, ਆਗੇ ਮਿਲਿਓ ਸੋ ਆਏ ਕਰ ਪੱਗ ਗਰੀਬ ਨਿਵਾਈ। ਵਕੀਲ ਸਡੌਰੇ ਆ ਕੇ ਸੱਚੇ ਪਾਤਸ਼ਾਹ ਜੀ ਨੂੰ ਮਿਲਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਵਕੀਲ ਨੇ ਮੱਥਾ ਟੇਕਿਆ, ਆਪਾਂ ਵੀ ਟੇਕੀਏ, ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਹਾਂਜੀ, ਹੱਥ ਜੋੜ ਬੋਲਤ ਪਇਓ ਨਾਹਣ ਕੇ ਰਾਜਾ। ਹੱਥ ਜੋੜ ਕੇ ਕਹਿਣ ਲੱਗਾ ਸੱਚੇ ਪਾਤਸ਼ਾਹ, ਨਾਹਣ ਦੇ ਰਾਜੇ ਮੇਦਨੀ ਪ੍ਰਕਾਸ਼ ਦਾ ਮੈਂ ਵਕੀਲ ਹਾਂ ਸੱਚੇ ਪਾਤਸ਼ਾਹ। ਹਾਂਜੀ, ਪਠਿਓ ਸ਼ੀਘਰ ਢਿੱਗ ਆਪ ਕੇ ਸੁਣੀਏ ਮਹਾਰਾਜਾ। ਮੈਨੂੰ ਮਹਾਰਾਜ ਉਹਨੇ ਬੜੀ ਛੇਤੀ ਛੇਤੀ ਤੁਹਾਡੇ ਕੋਲ ਭੇਜਿਆ ਤੇ ਰਾਜਾ ਇੱਕ ਬੇਨਤੀ ਕਰ ਰਿਹਾ। ਰਾਜੇ ਦੀ ਬੇਨਤੀ ਧਿਆਨ ਨਾਲ ਸੁਣਿਓ ਸੱਚੇ ਪਾਤਸ਼ਾਹ। ਚਰਨ ਕਮਲ ਪਰ ਬੰਦਨਾ ਕਰ ਬੰਦ ਬਖਾਨੀ। ਸਭ ਤੋਂ ਪਹਿਲਾਂ ਤੇ ਰਾਜਾ ਤੁਹਾਨੂੰ ਮੱਥਾ ਟੇਕਦਾ ਮਹਾਰਾਜ। ਮਹਾਰਾਜ ਰਾਜੇ ਦਾ ਟੇਕਿਆ ਹੋਇਆ ਮੱਥਾ ਪ੍ਰਵਾਨ ਕਰੋ। ਹਾਂਜੀ, ਚੜੇ ਅਚਾਨਕ ਆਪ ਪ੍ਰਭ ਹਮ ਸੁਣੇ ਉਹਨਾਂ ਕਾਨੀ। ਮਹਾਰਾਜ ਤੁਸੀਂ ਅਚਾਨਕ ਹੀ ਆਨੰਦਪੁਰ ਸਾਹਿਬ ਨੂੰ ਚਾਲਾ ਪਾ ਦਿੱਤਾ ਅਤੇ ਰਾਜਾ ਤੇ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਸੀ ਤੇ ਰਾਜੇ ਨੂੰ ਪਤਾ ਹੀ ਨਹੀਂ ਲੱਗਾ ਜੀ। ਮਹਾਰਾਜ ਤੁਸੀਂ ਅਚਾਨਕ ਹੀ ਚਾਲਾ ਪਾ ਦਿੱਤਾ ਸੱਚੇ ਪਾਤਸ਼ਾਹ। ਹਾਂਜੀ, ਲਾਹਣਪੁਰ ਕੇ ਨਿਕਟ ਅਬ ਡੇਰਾ ਨਿਜ ਪਾਵੋ। ਹੁਣ ਬੇਨਤੀ ਹੈ ਬੇ ਇੱਥੇ ਲਾਹਣਪੁਰ ਉੱਥੇ ਲੈ ਕੇ ਲਾਗੇ ਸੀ ਮਹਾਰਾਜ ਤੇ ਸਡੌਰੇ ਸਨ ਜੀ, ਮਹਾਰਾਜ ਕਿਰਪਾ ਕਰੋ ਤੇ ਉੱਥੇ ਟਿਕੇ ਰਹੋ, ਇੱਥੇ ਜਿੱਥੇ ਹੋ ਮਹਾਰਾਜ ਉੱਥੇ ਸੱਜੋ ਆਪ ਜੀ। ਹਾਂਜੀ, ਮੈਂ ਆਵੋ ਦਰਸ਼ਨ ਕਰਨ ਪੁਨ ਅਗਰ ਸਿਧਾਵੋ। ਮੇਦਨੀ ਪ੍ਰਕਾਸ਼ ਬੇਨਤੀ ਕਰ ਰਿਹਾ ਵੀ ਮੈਂ ਮਹਾਰਾਜ ਜਦੋਂ ਤੁਹਾਡੇ ਦਰਸ਼ਨ ਕਰਨ ਆਵਾਂਗਾ, ਦਰਸ਼ਨ ਕਰ ਲਵਾਂਗਾ ਤੇ ਫਿਰ ਅੱਗੇ ਜਾਇਓ ਮਹਾਰਾਜ, ਐਦਾਂ ਨਾ ਦਸਵੇਂ ਪਾਤਸ਼ਾਹ ਅੱਗੇ ਜਾਇਓ, ਮੈਨੂੰ ਦਰਸ਼ਨ ਦੇ ਕੇ ਜਾਇਓ। ਹਾਂਜੀ, ਦਾਸ ਕਦੀਮੀ ਆਪ ਕੋ ਡੇਰਾ ਅਬ ਕੀਜੈ। ਤੇ ਮਹਾਰਾਜ ਰਾਜਾ ਬੇਨਤੀ ਕਰ ਰਿਹਾ, ਉਹ ਤੇ ਸ਼ੁਰੂ ਤੋਂ ਤੁਹਾਡਾ ਦਾਸ ਹੈ ਜੀ, ਮੇਦਨੀ ਪ੍ਰਕਾਸ਼ ਦੀ ਤੇ ਫਤਿਹ ਸ਼ਾਹ ਦੀ ਗੁਰੂ ਸਾਹਿਬ ਨੇ ਸਲਾਹ ਕਰਾਈ ਸੀਗੀ ਜੀ, ਦੋਵਾਂ ਰਾਜਿਆਂ ਦੀ ਸਲਾਹ ਕਰਵਾਈ ਸੀ, ਪਰ ਹੁਣ ਫਤਿਹ ਸ਼ਾਹ ਬਿਲਕੁਲ ਉਲਟ ਹੋ ਗਿਆ ਜੀ। ਫਤਿਹ ਸ਼ਾਹ ਮਹਾਰਾਜ ਨਾਲ ਜੰਗ ਕਰਨ ਲਈ ਆ ਗਿਆ ਸੀਗਾ ਜੀ, ਵੱਖਰੀ ਗੱਲ, ਇਹ ਹਾਰ ਗਿਆ ਜੀ ਫਤਿਹ ਸ਼ਾਹ। ਅਤੇ ਮੇਦਨੀ ਪ੍ਰਕਾਸ਼ ਕਹਿੰਦਾ ਮਹਾਰਾਜ ਮੈਂ ਤੇ ਤੁਹਾਡਾ ਦਾਸ ਹਾਂ ਨਾ, ਮੈਂ ਤੇ ਸੇਵਕ ਹਾਂ, ਅਤੇ ਮਹਾਰਾਜ ਮੈਨੂੰ ਦਰਸ਼ਨ ਦੇ ਕੇ ਜਾਇਓ। ਵਕੀਲ ਇਹ ਗੱਲਾਂ ਮੇਦਨੀ ਪ੍ਰਕਾਸ਼ ਦੀਆਂ ਮਹਾਰਾਜ ਨੂੰ ਸੁਣਾ ਰਿਹਾ ਹੈ ਜੀ। ਹਾਂਜੀ, ਆਪਣੋ ਸੇਵਕ ਜਾਣ ਕਰ ਦਰਸ਼ਨ ਮੋਹੇ ਦੀਜੈ। ਮਹਾਰਾਜ ਰਾਜਾ ਕਹਿੰਦਾ ਮੈਨੂੰ ਸੇਵਕ ਜਾਣ ਕੇ ਦਰਸ਼ਨ ਦੇ ਕੇ ਜਾਇਓ, ਅਜੇ ਨਾ ਅੱਗੇ ਜਾਇਓ। ਹਾਂਜੀ, ਰਾਖੋ ਲਾਜ ਅਬ ਬਿਰਧ ਕੀ ਤੁਮ ਅੰਤਰ ਜਾਮੀ। ਗੱਜ ਕੇ ਆਖੋ ਵਾਹਿਗੁਰੂ। ਨਾਲ ਇੱਕ ਹੋਰ ਗੱਲ ਕਹਿ ਦਿੱਤੀ ਜੀ ਵਕੀਲ ਨੇ, ਮਹਾਰਾਜ ਤੁਸੀਂ ਅੰਤਰ ਜਾਮੀ ਹੋ, ਕਿਰਪਾ ਕਰਿਓ, ਤੁਸੀਂ ਸਾਡੇ ਰਾਜੇ ਦੀ ਭਾਵਨਾ ਜਾਣਦੇ ਹੋ ਤੇ ਕਿਰਪਾ ਕਰਿਓ ਤੇ ਬਿਰਧ ਦੀ ਲਾਜ ਰੱਖਿਓ ਮਹਾਰਾਜ, ਦਰਸ਼ਨ ਦੇ ਕੇ ਜ਼ਰੂਰ ਜਾਇਓ। ਹਾਂਜੀ, ਮੈਂ ਸੇਵਕ ਤੁਮਰੀ ਸ਼ਰਨ ਸਭ ਘੱਟ ਕੇ ਸਵਾਮੀ, ਕੁਛ ਮਸਲਤ ਕਰਨੀ ਹਮ ਹੈ ਰਾਜਨ ਕੇ ਕਾਜੂ। ਮਹਾਰਾਜ ਕਹਿੰਦੇ ਫਿਰ ਰਾਜਾ ਹੁਣੇ ਹੀ ਆ ਜੇ, ਦਰਸ਼ਨ ਕਰ ਲਵੇ। ਤੇ ਵਕੀਲ ਕਹਿੰਦਾ ਸੱਚੇ ਪਾਤਸ਼ਾਹ, ਰਾਜੇ ਨੇ ਰਾਜ ਭਾਗ ਦੇ ਕੰਮ ਕਰਨ ਵਾਸਤੇ ਕਿਤੇ ਦੂਜੇ ਰਾਜਿਆਂ ਨਾਲ ਸਲਾਹ ਕਰਨੀ ਹੈ ਤੇ ਮਹਾਰਾਜ ਤਾਂ ਉਹਨੂੰ ਆਉਣ 'ਚ ਦੇਰ ਲੱਗ ਰਹੀ ਹੈ, ਬਾਕੀ ਮਹਾਰਾਜ ਉਹ ਛੇਤੀ ਆ ਰਿਹਾ ਮੇਦਨੀ ਪ੍ਰਕਾਸ਼ ਤੁਹਾਡੇ ਕੋਲ। ਹਾਂਜੀ, ਆਹੈ ਭਰੋਸਾ ਆਪ ਕੋ ਨਿਤ ਪ੍ਰਤ ਮਹਾਰਾਜੂ। ਮਹਾਰਾਜ ਰਾਜਾ ਤੁਹਾਡੇ ਤੇ ਬੜਾ ਭਰੋਸਾ ਕਰਦਾ, ਮੇਦਨੀ ਪ੍ਰਕਾਸ਼ ਤੁਹਾਡੇ ਨਾਲ ਬੜਾ ਪਿਆਰ ਕਰਦਾ, ਕਿਰਪਾ ਕਰੋ, ਦਇਆ ਕਰੋ, ਆਪ ਜੀ ਇੱਥੇ ਟਿਕੋ, ਰਾਜਾ ਛੇਤੀ ਤੁਹਾਡੇ ਦਰਸ਼ਨ ਕਰਨ ਵਾਸਤੇ ਆ ਰਿਹਾ। ਗੁਰਮੁਖੋ, ਗੁਰੂ ਸਾਹਿਬ ਨੂੰ ਐਵੇਂ ਖਿਲਾਰ ਛੱਡਣਾ,
ਗੁਰੂ ਸਾਹਿਬ ਦਾ ਤੇ ਇੱਕ ਇੱਕ ਸਕਿੰਟ ਵੀ ਬੜਾ ਕੀਮਤੀ ਹੈਗਾ ਹੈ ਜੀ। ਮਹਾਰਾਜ ਦਾ ਇੱਕ ਸਕਿੰਟ ਪਤਾ ਨਹੀਂ ਮਹਾਰਾਜ ਨੇ ਉਹਦੇ ਅੰਦਰ ਕਿੰਨੇ ਅੰਕ ਦਾ ਭਲਾ ਕਰ ਦੇਣਾ ਜੀ। ਹਾਂਜੀ ਐਵੇਂ ਖਿਲਾਰ ਛੱਡਣਾ ਇਹ ਵੀ ਸਿਆਣਪ ਨਹੀਂ ਹੈਗੀ ਜੀ। ਹਾਂਜੀ ਜਾਨ ਆਪਣੋ ਗੁਰੂ ਜੀ ਕਰੁਣਾ ਅਵਤਾਰੋ, ਇੱਕ ਦੋ ਦਿਵਸ ਨਿਵਾਸ ਕੈ ਮਿਸ ਖਿਲਨ ਸ਼ਿਕਾਰੋ। ਮਹਾਰਾਜ ਇੱਕ ਦੋ ਦਿਨ ਵਿੱਚ ਸ਼ਿਕਾਰ ਖੇਡਣ ਚੜੇਗਾ ਤੇ ਸ਼ਿਕਾਰ ਵਾਲਾ ਕੰਮ ਬਾਅਦ ਚੋਂ ਕਰੇਗਾ ਤੇ ਰਾਜਾ ਪਹਿਲਾਂ ਤੁਹਾਡੇ ਦਰਸ਼ਨ ਕਰੇਗਾ ਜੀ। ਮੇਦਨੀ ਪ੍ਰਕਾਸ਼। ਹਾਂਜੀ ਸੁਣ ਬਿਨਤੀ ਪ੍ਰਭ ਨਿਰਪਤ ਕੀ ਨਿਜ ਸਿਵਰ ਉਤਾਰਾ। ਮਹਾਰਾਜ ਨੇ ਕਿਹਾ ਚਲੋ ਕੋਈ ਗੱਲ ਨੀ ਅਸੀਂ ਉੱਤਰ ਜਾਂਦੇ ਉਤਾਰਾ ਕਰ ਲੈਣੇ ਇੱਥੇ ਰਹਿੰਦੇ ਕੁਝ ਦਿਨ। ਹਾਂਜੀ ਸੈਲ ਸਮੀਪ ਸਥਾਨ ਸ਼ੁਭ ਜਲ ਚਲਤ ਨਿਹਾਰਾ। ਸੋਹਣਾ ਜਲ ਇੱਕ ਬੰਨੋਂ ਲੰਘ ਰਿਹਾ ਸੀ ਤੇ ਲਾਗੇ ਪਹਾੜ ਸੀ। ਮਹਾਰਾਜ ਨੇ ਉੱਥੇ ਆਸਣ ਲਾ ਲਿਆ ਜੀ। ਹੁਣ ਇੱਕ ਬੰਨੇ ਰਾਜੇ ਦਾ ਕੰਮ ਸੁਣ ਲਿਆ ਨਾ ਜੀ, ਰਾਜਾ ਆਇਆ ਨਹੀਂ ਜੀ। ਰਾਜੇ ਨੇ ਬੰਦਾ ਭੇਜਤਾ ਵੀ ਮੈਂ ਆ ਰਿਹਾ ਗੁਰੂ ਜੀ ਨੂੰ ਕਹੋ ਬੈਠੋ ਜੀ। ਹੁਣ ਉਸੇ ਸਡੋਰੇ ਵਿੱਚ ਪਿਆਰ ਵਾਲਾ ਰਹਿੰਦਾ ਜੀ, ਪੀਰ ਬੁੱਧੂ ਸ਼ਾਹ ਜੀ ਰਹਿੰਦੇ ਨੇ, ਜਿਨ੍ਹਾਂ ਦੇ ਪੁੱਤ ਸ਼ਹੀਦ ਹੋ ਗਏ, ਜਿਹੜੇ ਗੁਰੂ ਸਾਹਿਬ ਦੇ ਚਰਨਾਂ ਤੋਂ ਸਭ ਕੁਝ ਵਾਰਨ ਵਾਸਤੇ ਤਿਆਰ ਆ। ਪੀਰ ਬੁੱਧੂ ਸ਼ਾਹ ਜੀ ਨੂੰ ਪਤਾ ਲੱਗਾ ਜੀ। ਹਾਂਜੀ ਆਇਓ ਬੁੱਧੂ ਸ਼ਾਹ ਤਬ ਪ੍ਰਭ ਮਿਲਵੇ ਹੇਤਾ। ਗੱਜ ਕੇ ਆਖੋ ਵਾਹਿਗੁਰੂ। ਪੀਰ ਬੁੱਧੂ ਸ਼ਾਹ ਨੇ ਕੋਈ ਬੰਦਾ ਨਹੀਂ ਭੇਜਿਆ ਜੀ। ਹਾਂਜੀ ਕੋਈ ਬੰਦਾ ਨਹੀਂ ਭੇਜਿਆ ਵੀ ਮੈਂ ਆ ਰਿਹਾ ਤੇ ਮੈਨੂੰ ਉਡੀਕੋ। ਪੀਰ ਜੀ ਨੂੰ ਖਬਰ ਮਿਲਦਿਆਂ ਸਾਰੇ ਪੀਰ ਜੀ ਨੇ ਫਿਰ ਚੇਲਿਆਂ ਨੂੰ ਤੇ ਪੁੱਤਰਾਂ ਨੂੰ ਲਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਆ ਗਏ। ਪੀਰ ਜੀ ਉਸੇ ਸਮੇਂ ਦਰਸ਼ਨ ਕਰਨ ਵਾਸਤੇ ਆ ਗਏ। ਇਹੋ ਲੀਡਰਾਂ ਦਾ ਫਰਕ ਹੁੰਦਾ ਜੀ, ਫਕੀਰਾਂ ਦਾ ਤੇ ਲੀਡਰਾਂ ਦਾ ਇਹੋ ਫਰਕ ਹੁੰਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਹੁਣ ਦੇ ਤੇ ਫਕੀਰ ਵੀ ਲੀਡਰ ਬਣ ਬਣੀ ਬਹਿੰਦੇ ਨੇ, ਪਰ ਸੰਗਤ ਜੀ ਫਕੀਰਾਂ ਦਾ ਤੇ ਲੀਡਰਾਂ ਦਾ ਇਹੋ ਫਰਕ ਹੁੰਦਾ ਜੀ। ਉਹ ਜਿਹੜਾ ਰਾਜਾ ਉਹਨੇ ਬੰਦਾ ਭੇਜਿਆ ਵੀ ਮੈਂ ਆ ਰਿਹਾ ਜੀ, ਤੇ ਜਿਹੜੇ ਫਕੀਰ ਨੇ ਬੁੱਧੂ ਸ਼ਾਹ ਜੀ ਉਸੇ ਸਮੇਂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆ ਗਏ। ਜਿੰਨੀ ਛੇਤੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਬੰਦਾ ਆਵੇ ਓਨਾ ਹੀ ਉਹਦਾ ਭਲਾ ਹੋਏਗਾ ਜੀ, ਜਿੰਨਾ ਵਿੱਥ ਪਾਈ ਜਾਏਗਾ ਓਨਾ ਹੀ ਨੁਕਸਾਨ ਹੋਈ ਜਾਏਗਾ ਜੀ। ਹਾਂਜੀ ਉਤਰੇ ਨਿਕਟ ਹਕਾਰ ਕਰ ਬੈਠੇ ਕੁਲ ਕੀਤਾ। ਮਹਾਰਾਜ ਬੈਠੇ, ਪੀਰ ਬੁੱਧੂ ਸ਼ਾਹ ਜੀ ਆਏ ਤੇ ਮਹਾਰਾਜ ਨੇ ਪੀਰ ਜੀ ਨੂੰ ਬਹਿਣ ਵਾਸਤੇ ਥਾਂ ਦਿੱਤੀ। ਪੀਰ ਜੀ ਨੇ ਇਹ ਨਹੀਂ ਵੀ ਹੁਣ ਪਿਆਰ ਵਿੱਚ ਕਿਤੇ ਫਰਕ ਪੈ ਗਿਆ। ਪੀਰ ਬੁੱਧੂ ਸ਼ਾਹ ਜੀ ਦੇ ਪੁੱਤ ਸ਼ਹੀਦ ਹੋ ਗਏ, ਪਰ ਪੀਰ ਜੀ ਦੇ ਪਿਆਰ ਵਿੱਚ ਹੋਰ ਵਾਧਾ ਪੈ ਗਿਆ ਜੀ। ਪੀਰ ਜੀ ਨੇ ਮਹਾਰਾਜ ਨੂੰ ਪੂਰਾ ਝੁੱਕ ਕੇ ਮੱਥਾ ਟੇਕਿਆ, ਸਲਾਮ ਕੀਤੀ ਮਹਾਰਾਜ ਦੇ ਚਰਨਾਂ 'ਚ। ਜਿਤ ਕਿਤ ਛਾਇਆ ਦੇਖ ਕਰ ਉਤਰੇ ਬਰਬੀਰਾ, ਸੁੰਦਰ ਪਿਖਿਓ ਸਥਾਨ ਕੋ ਕੁਛ ਚਾਲਤ ਨੀਰਾ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ, ਮਹਾਰਾਜ ਕਹਿਣ ਲੱਗੇ ਪੀਰ ਜੀ ਅਸੀਂ ਕੁਝ ਦਿਨ ਇੱਥੇ ਰਹਿਣਾ। ਪੀਰ ਜੀ ਕਹਿੰਦੇ ਮੇਰੇ ਮਹਾਰਾਜ ਹੁਕਮ ਕਰੋ, ਮੈਂ ਇੱਥੋਂ ਜਾਵਾਂਗਾ ਹੀ ਨਹੀਂ ਮਹਾਰਾਜ, ਆਪਣੇ ਅਸਥਾਨ 'ਤੇ ਜਾਵਾਂਗਾ ਹੀ ਨਹੀਂ, ਕਿਉਂ ਫੌਜਾਂ ਸਨ ਮਹਾਰਾਜ ਨਾਲ ਤੇ ਖੁੱਲ੍ਹੀ ਥਾਂ 'ਤੇ ਪੜਾਅ ਕਰਨਾ ਸੀ। ਮਹਾਰਾਜ ਕਹਿੰਦੇ ਨਹੀਂ ਪੀਰ ਜੀ, ਜਿੰਨਾ ਚਿਰ ਅਸੀਂ ਹੈਗੇ ਤੁਸੀਂ ਓਨੇ ਦਿਨ ਰੋਜ਼ ਆ ਜਾਇਆ ਕਰੋ। ਕਹਿਣ ਲੱਗੇ ਪੀਰ ਜੀ ਨੇ ਸਤ ਬਚਨ ਕੀਤਾ ਜੀ। ਹਾਂਜੀ ਅਤੇ ਇੱਧਰ ਹੁਣ ਸੁਣੋ ਅੱਗੋਂ ਕੀ ਬਣਦਾ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਨੰਦ ਚੰਦ ਜੀ ਨੂੰ ਕਹਿ ਰਹੇ ਨੇ। ਹਾਂਜੀ ਡੇਰਾ ਸਗਰੋ ਤੋਰੀਐ ਅਬ ਘਾਇਲ ਜੇਤੇ। ਮਹਾਰਾਜ ਕਹਿੰਦੇ ਨੰਦ ਚੰਦ ਸਾਡੇ ਨਾਲ ਫੌਜਾਂ ਨੇ ਅਤੇ ਜ਼ਖਮੀ ਸਿੱਖ ਨੇ, ਸਾਨੂੰ ਇੱਥੇ ਪਤਾ ਨਹੀਂ ਕਿੰਨੇ ਕੁ ਦਿਨ ਲੱਗ ਜਾਣੇ ਹੈ, ਅਤੇ ਤੁਸੀਂ ਜ਼ਖਮੀ ਸਿੱਖਾਂ ਨੂੰ ਅਨੰਦਪੁਰ ਸਾਹਿਬ ਨੂੰ ਤੋਰ ਦਿਓ। ਕਹਿਣ ਲੱਗੇ ਤਾਂ ਕਿ ਉਹਨਾਂ ਦੇ ਅੰਦਰ ਉਹਨਾਂ ਨੂੰ ਸਹੀ ਸਮੇਂ ਨਾਲ ਇਲਾਜ ਮਿਲੇ। ਅਜੇ ਮਹਾਰਾਜ ਚਾਹੁੰਦੇ ਤਾਂ ਦ੍ਰਿਸ਼ਟੀ ਪਾ ਕੇ ਰਾਜੀ ਕਰ ਸਕਦੇ ਸਾਰਿਆਂ ਨੂੰ ਜੀ। ਹਾਂਜੀ ਕੁਛ ਭੱਟ ਰੱਖੋ ਸੰਗ ਮੈਂ ਸਭ ਚੱਲੇ ਅਗੇਤੇ। ਮਹਾਰਾਜ ਕਹਿੰਦੇ ਕੁਝ ਸੂਰਮੇ ਰੱਖ ਲਓ ਤੇ ਬਹੁਤਿਆਂ ਨੂੰ ਅਨੰਦਪੁਰ ਸਾਹਿਬ ਭੇਜ ਦਿਓ। ਹਾਂਜੀ ਇਹਾਂ ਦੇਰ ਹਮਕੋ ਲੱਗੇ ਕੇਤਿਕ ਦਿਨ ਬਾਸੈ। ਉਹ ਤੇ ਇੱਕ ਦੋ ਦਿਨ 'ਚ ਹੀ ਕਹਿ ਰਿਹਾ ਵੀ ਮਹਾਰਾਜ ਮੇਦਨੀ ਪ੍ਰਕਾਸ਼ ਦਰਸ਼ਨਾਂ ਨੂੰ ਆ ਰਿਹਾ ਤੇ ਇੱਕ ਦੋ ਦਿਨ 'ਚ ਆ ਜਾਣਾ, ਪਰ ਮਹਾਰਾਜ ਹੱਸ ਕੇ ਨੰਦ ਚੰਦ ਨੂੰ ਕਹਿਣ ਲੱਗੇ ਹੱਸ ਕੇ। ਮਹਾਰਾਜ ਕਹਿੰਦੇ ਨੰਦ ਚੰਦ ਇੱਥੇ ਸਾਨੂੰ ਦੋ ਹਫ਼ਤੇ ਲੱਗਣੇ ਹੀ। ਕਹਿਣ ਲੱਗੇ ਗੱਤ ਕੇ ਆਖੋ ਵਾਹਿਗੁਰੂ। ਦੋ ਦਿਨ ਨਹੀਂ ਲੱਗਣੇ, ਦੋ ਹਫ਼ਤੇ ਲੱਗ ਜਾਣੇ ਆ, ਕਈ ਦਿਨ ਲੱਗਣੇ ਆ। ਅਤੇ ਮਹਾਰਾਜ ਕਹਿਣ ਲੱਗੇ ਤੁਸੀਂ ਫੌਜਾਂ ਨੂੰ ਤੋਰੋ, ਜ਼ਖਮੀਆਂ ਨੂੰ ਤੋਰੋ, ਅਸੀਂ ਇੱਥੇ ਬੈਠੇ ਹਾਂ। ਹੁਣ ਮਹਾਰਾਜ ਅੰਤਰਜਾਮੀ ਨੇ,
ਪਰ ਫਿਰ ਵੀ ਮਹਾਰਾਜ ਉੱਥੇ ਬਹਿ ਗਏ ਜੀ ਰਾਜੇ ਦੀ ਗੱਲ ਸੁਣ ਕੇ। ਹਾਂਜੀ ਪਹੁੰਚੇ ਅਪਰ ਆਨੰਦਪੁਰ ਥਿਤ ਲਹਿ ਅਵਾਸੈ, ਆਪ ਆਪਣੇ ਘਰ ਵਿੱਚ ਰਹਿਣ ਸਾਰੇ, ਕਹਿਣ ਲੱਗੇ ਤੇ ਸਾਰਿਆਂ ਨੂੰ ਤੋਰ ਦਿਓ, ਸਭ ਆਪੋ ਆਪਣੇ ਘਰ ਵਿੱਚ ਰਹਿਣ। ਮਹਾਰਾਜ ਕਹਿਣ ਲੱਗੇ ਉਹਨਾਂ ਨੂੰ ਮਾਇਆ ਦਿਓ, ਖੁੱਲ੍ਹੇ ਪਦਾਰਥ ਰਿਹੋ, ਫੌਜਾਂ ਤੋਰ ਦਿਓ। ਬਹੁਤ ਸਾਰੇ ਜ਼ਖਮੀ ਅਤੇ ਫੌਜਾਂ ਮਾਮਾ ਕਿਰਪਾਲ ਚੰਦ ਜੀ ਦੇ ਅਗਵਾਈ ਦੇ ਵਿੱਚ ਨਾ ਜੀ ਪਾਉਂਟਾ ਸਾਹਿਬ ਤੋਂ, ਸਡੌਰੇ ਤੋਂ ਆਨੰਦਪੁਰ ਸਾਹਿਬ ਨੂੰ ਤੁਰ ਪਈਆਂ ਜੀ। ਅਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ ਉੱਥੇ ਬੈਠ ਗਏ। ਮਹਾਰਾਜ ਹਰ ਰੋਜ਼ ਸ਼ਿਕਾਰ ਖੇਡਦੇ ਨੇ, ਕਈ ਪ੍ਰਕਾਰ ਦੇ ਕਰਤੱਵ ਕਰਦੇ ਨੇ, ਹਰ ਰੋਜ਼ ਜੰਗਲੀ ਜੀਵਾਂ ਦਾ ਕਲਿਆਣ ਕਰਦੇ, ਸੱਚੇ ਪਾਤਸ਼ਾਹ ਉਹਨਾਂ ਦਾ ਭਲਾ ਕਰਦੇ, ਦੀਵਾਨ ਸੱਜਦੇ। ਉੱਥੇ ਸੱਚੇ ਪਾਤਸ਼ਾਹ ਗਰੀਬ ਨਿਵਾਸ ਕਈ ਪ੍ਰਕਾਰ ਦੇ ਕਾਰਜ ਕਰਨ ਦੇ ਜੀ। ਹਾਂਜੀ ਹੁਣ ਇੱਧਰ ਦੂਜੇ ਪਾਸੇ ਸੁਣੋ ਜੀ, ਅਬ ਕੋ ਐਬੇ ਕਹੁ ਹੋਏ ਤਿਆਰ ਜਬ ਕਾਰਜ ਪਰ ਜਾਈ। ਉਧਰੋਂ ਭੀਮ ਮੇਦਨੀ ਪ੍ਰਕਾਸ਼ ਡਰਿਆ ਪਿਆ ਵੀ ਮੈਂ ਮਹਾਰਾਜ ਨੂੰ ਮਿਲਣ ਨਹੀਂ ਜਾਣਾ ਜੀ। ਮਹਾਰਾਜ ਉਹਨੂੰ ਬੈਠੇ ਉਡੀਕਣ ਦੇ ਜੀ। ਹਰ ਰੋਜ਼ ਮੇਦਨੀ ਪ੍ਰਕਾਸ਼ ਦਾ ਇੱਕ ਬੰਦਾ ਦੀਵਾਨ ਮਹਾਰਾਜ ਕੋਲ ਆਉਂਦਾ, ਉਹ ਇੱਕੋ ਗੱਲ ਕਹਿੰਦਾ, ਮਹਾਰਾਜ ਰਾਜਾ ਤਿਆਰ ਹੋਇਆ ਸੀ ਅੱਜ ਤੁਹਾਡੇ ਕੋਲ ਆਉਣ ਵਾਸਤੇ, ਪਰ ਮਹਾਰਾਜ ਇੱਕ ਕੰਮ ਪੈ ਗਿਆ ਇਸ ਕਰਕੇ ਉਹ ਤੁਹਾਡੇ ਕੋਲ ਆ ਨਹੀਂ ਸਕਿਆ, ਕੱਲ੍ਹ ਪਹੁੰਚ ਰਿਹਾ ਮਹਾਰਾਜ। ਹਾਂਜੀ ਦੂਜੇ ਦਿਨ ਫਿਰ ਮਹਾਰਾਜ ਉਹਨੂੰ ਅੱਜ ਵੀ ਕੰਮ ਪੈ ਗਿਆ ਅਤੇ ਰਾਜਾ ਅੱਜ ਵੀ ਤੁਹਾਡੇ ਕੋਲ ਨਹੀਂ ਆ ਸਕਿਆ, ਕੱਲ੍ਹ ਆਏਗਾ। ਤੀਜੇ ਦਿਨ ਫਿਰ ਮਹਾਰਾਜ ਰਾਜਾ ਤਾਂ ਆ ਰਿਹਾ ਸੀਗਾ ਪਰ ਫਲਾਣੇ ਪਾਸੇ ਜਾਣਾ ਪੈ ਗਿਆ ਅਤੇ ਮਹਾਰਾਜ ਰਾਜਾ ਅੱਜ ਵੀ ਨਹੀਂ ਆਏਗਾ, ਕੱਲ੍ਹ ਆਏਗਾ ਜੀ। ਅੱਜ ਕੇ ਆਖੋ ਮਹਾਰਾਜ ਨੂੰ ਤਾਂ ਪਤਾ ਸੀ ਵੀ ਰਾਜਾ ਕਿਉਂ ਨਹੀਂ ਆ ਰਿਹਾ ਜੀ, ਮਹਾਰਾਜ ਨੂੰ ਸਾਰੀ ਗੱਲ ਦਾ ਪਤਾ ਸੀ। ਮਹਾਰਾਜ ਅੰਤਰਜਾਮੀ ਸ਼ਾਂਤ ਰਹੇ ਜੀ, ਮਹਾਰਾਜ ਨੇ ਤਾਂ ਪਹਿਲਾਂ ਦੋ ਹਫ਼ਤਿਆਂ ਦਾ ਸਮਾਂ ਦੇ ਦਿੱਤਾ ਜੀ। ਹਾਂਜੀ ਪਹੁੰਚੇ ਗੋ ਉਰਭਾਵ ਧਰ ਰਾਵਰ ਸ਼ਰਨਾਈ, ਤੇ ਉਹ ਦੀਵਾਨ ਆ ਕੇ ਕਹਿੰਦਾ ਮਹਾਰਾਜ ਰਾਜਾ ਛੇਤੀ ਆ ਰਿਹਾ ਜੀ, ਬੜੀ ਭਾਵਨਾ ਦੇ ਨਾਲ ਤੁਹਾਡੇ ਕੋਲ ਆ ਰਿਹਾ ਰਾਜਾ। ਹਾਂਜੀ ਇਮ ਕਹਿ ਕਰ ਬਹੁ ਭਾਂਤ ਕੋ ਪੁਨ ਨਾਹਣ ਜਾਵੇ, ਤੇ ਇਹੋ ਜਿਹੀਆਂ ਗੱਲਾਂ ਕਰਕੇ ਦੀਵਾਨ ਨਾਹਣ ਦੇ ਰਾਜੇ ਕੋਲ ਮੇਦਨੀ ਪ੍ਰਕਾਸ਼ ਕੋਲ ਚਲੇ ਜੇ। ਇੱਕ ਦਿਨ ਦਾ ਰਸਤਾ ਨਹੀਂ ਹੈਗਾ ਜੀ ਮੇਦਨੀ ਪ੍ਰਕਾਸ਼ ਦਾ ਮਹਾਰਾਜ ਕੋਲ ਪਹੁੰਚਣ ਵਾਸਤੇ ਨਾ ਜੀ, ਇੱਕ ਦਿਨ ਦਾ ਵੀ ਰਸਤਾ ਨਹੀਂ ਹੈਗਾ ਜੀ, ਪਰ ਹੁਣ ਸੁਣੋ ਜੀ। ਹਾਂਜੀ ਸ਼ੰਕੈ ਮੇਦਨੀ ਪ੍ਰਕਾਸ਼ ਬਹੋ ਨਹਿ ਮਿਲਬੇ ਆਵੇ, ਆਖੋ ਵਾਹਿਗੁਰੂ। ਬਸ ਇਹਦੇ ਤੋਂ ਡਰਨਾ ਚਾਹੀਦਾ ਜੀ, ਸ਼ਰਧਾ ਦੁੱਧ ਦੀ ਨਿਆਈ ਹੈ, ਦੁੱਧ ਮਣਾ ਮੂੰਹ ਹੀ ਹੋਏ ਨਾ, ਕਈ ਮਣ ਦੁੱਧ ਹੋਵੇ ਉਸ ਦੁੱਧ ਨੂੰ ਖਰਾਬ ਕਰਨ ਵਾਸਤੇ ਕਾਂਜੀ ਦੀ ਇੱਕ ਛੇਟੀ ਬੜੀ ਮਾੜੀ ਹੈ ਜੀ। ਇੱਕ ਛਿੱਟ ਕਾਂਜੀ ਦੀ ਪਾ ਦਿਓ ਸਾਰਾ ਦੁੱਧ ਫੁੱਟ ਜਾਏਗਾ ਜੀ, ਭਾਵੇਂ ਕੁਇੰਟਲ ਦੁੱਧ ਹੋਵੇ ਜੀ। ਹਾਂਜੀ ਗੁਰਮੁਖੋ ਜਿਹੜਾ ਸ਼ੰਕਾ ਹੈ ਨਾ, ਸ਼ੰਕਾ ਇਹ ਕਾਂਜੀ 'ਚ ਕਾਂਜੀ ਇਹ ਸ਼ਰਧਾ ਨੂੰ ਵਿਗਾੜ ਕੇ ਰੱਖਦਾ, ਜੋ ਜ਼ੋਰ ਲਾਇਆ ਜਾਂਦਾ ਪ੍ਰਚਾਰਕਾਂ ਵੱਲੋਂ ਵੀ ਕਾਂਜੀ ਪਿਆ ਦੀਏ ਸੰਗਤ ਨੂੰ ਜੀ। ਮਸਾਂ ਮਸਾਂ ਅੰਦਰ ਸ਼ਰਧਾ ਰੂਪੀ ਦੁੱਧ ਤਿਆਰ ਹੁੰਦਾ ਜੀ, ਉਹ ਇਹੋ ਜਿਹੀ ਪੁੱਠੀ ਗੱਲ ਕਰਕੇ ਕਾਂਜੀ ਪਾ ਦਿੰਦੇ ਵਿੱਚ ਜੀ, ਸ਼ੰਕਾ ਪੈਦਾ ਕਰਾ ਦਿੰਦੇ ਸਤਿਗੁਰੂ 'ਤੇ। ਇਹ ਗੱਲ ਚੇਤਾ ਰੱਖਿਓ, ਸਭ ਤੋਂ ਮਾੜਾ ਦਿਨ ਉਹ ਹੁੰਦਾ ਜੇ ਜਿਸ ਦਿਨ ਗੁਰੂ 'ਤੇ ਸ਼ੰਕਾ ਪੈਦਾ ਹੋ ਜੇ ਜੀ, ਸਭ ਤੋਂ ਮਾੜਾ ਦਿਨ ਉਹ ਜੇ ਜਿਸ ਦਿਨ ਗੁਰੂ 'ਤੇ ਸ਼ੰਕਾ ਪੈਦਾ ਹੋ ਜਾਏ। ਭੁੱਲ ਭੁਲੇਖੇ ਵੀ ਸਤਿਗੁਰਾਂ 'ਤੇ ਸ਼ੰਕਾ ਨਹੀਂ ਪੈਦਾ ਹੋਣ ਦੇਣਾ ਜੀ। ਮੇਦਨੀ ਪ੍ਰਕਾਸ਼ ਦੇ ਅੰਦਰ ਇੱਕ ਸ਼ੰਕਾ ਪੈਦਾ ਹੋ ਗਿਆ ਜੀ। ਹਾਂਜੀ ਵੀ ਤੇ ਸ਼ੰਕੇ ਕਰਕੇ ਮਹਾਰਾਜ ਦੇ ਦਰਸ਼ਨ ਕਰਨ ਨਹੀਂ ਆ ਰਿਹਾ ਜੀ। ਸੰਗਤ ਜੀ ਸ਼ਰਧਾ ਬੰਦੇ ਨੂੰ ਨੇੜੇ ਲਈ ਆਏਗੀ ਅਤੇ ਸ਼ੰਕਾ ਦੂਰ ਲਈ ਜਾਏਗਾ ਜੀ। ਜਿਹੜੀ ਸ਼ਰਧਾ ਪਿਆਰ ਹੈ ਨਾ, ਇਹ ਮਿਲਾਪ ਕਰਾਏਗਾ ਜੀ, ਨੇੜੇ ਨੇੜੇ ਲਿਆਏਗਾ, ਸ਼ੰਕਾ ਦੂਰ ਲੈ ਜਾਏਗਾ ਜੀ। ਸ਼ੰਕਾ ਅੰਦਰ ਪੈਦਾ ਹੋ ਜਾਵੇ, ਗੁਰਸਿੱਖਾਂ ਅੱਗੇ ਜਾ ਕੇ ਤਰਲਾ ਲਿਆ ਕਰੋ ਵੀ ਸਾਡਾ ਸ਼ੰਕਾ ਕੱਢ ਦਿਓ ਇਹ ਜੀ, ਸਾਡੇ ਅੰਦਰ ਫਲਾਣਾ ਸ਼ੰਕਾ ਪੈਦਾ ਹੋ ਗਿਆ, ਜਾਂ ਸਤਿਗੁਰੂ ਜੀ ਦੇ ਚਰਨਾਂ 'ਚ ਬੈਰਾਗ ਕਰਕੇ ਅਰਦਾਸ ਕਰਿਆ ਕਰੋ। ਜੇ ਨਹੀਂ ਫਿਰ ਸੰਗਤ ਜੀ ਸ਼ੰਕੇ ਵੱਧਦੇ ਜਾਂਦੇ ਦੂਰੀ ਪਈ ਜਾਂਦੀ ਅਤੇ ਇੱਕ ਦਿਨ ਫਿਰ ਬੰਦਾ ਟੁੱਟ ਹੀ ਜਾਂਦਾ ਜੀ।
ਟੁੱਟ ਜਾਂਦਾ ਬੰਦਾ ਜੀ। ਇਸ ਕਰਕੇ ਸ਼ੰਕਾ ਨਹੀਂ ਪੈਦਾ ਹੋਣ ਦੇਣਾ ਜੀ। ਕੀ ਭਾਵਨਾ ਰੱਖਣੀ ਆ? ਮਹਾਰਾਜ ਸਾਡੇ ਸੱਚੇ ਪਾਤਸ਼ਾਹ ਪੂਰੇ ਹਨ ਜੀ, ਪੂਰੇ ਹਨ। ਨਿੱਕੀ ਜੀ ਗੱਲ ਇਤਿਹਾਸ ਚੋਂ ਕੱਢ ਮਾਰਦੇ ਤੇ ਸ਼ੰਕਾ ਪੈਦਾ ਕਰਾ ਦਿੰਦੇ ਜੀ। ਇਸ ਗ੍ਰੰਥ ਦੇ ਪ੍ਰਥਾਏ ਬੜੇ ਸ਼ੰਕੇ ਪੈਦਾ ਕੀਤੇ ਹੋਏ ਲੋਕਾਂ ਨੇ ਜੀ, ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਬਾਰੇ। ਉਹ ਲੋਕ ਨੇ ਜਿਨ੍ਹਾਂ ਦਾ ਕੰਮ ਹੀ ਇਹ ਹੈ ਵੀ ਉਹਨਾਂ ਨੇ ਮੈਲ ਹੀ ਵੇਖਣੀ, ਉਹਨਾਂ ਸਫਾਈ ਨਹੀਂ ਵੇਖਣੀ ਜੀ। ਗੁਣਾ ਕਾ ਹੋਵੇ ਵਾਸੁਲਾ, ਕੱਢ ਵਾਸ ਲਈ ਜੈ। ਮਹਾਰਾਜ ਕਹਿੰਦੇ ਗੁਣਾ ਦਾ ਵਾਸਲਾ ਡੱਬਾ ਹੋਵੇ ਨਾ, ਉਹਨੂੰ ਖੋਲ੍ਹ ਕੇ ਤੇ ਖੁਸ਼ਬੋ ਲੈਣੀ ਚਾਹੀਦੀ ਜੀ। ਪਰ ਸ਼ੰਕਾਲੂ ਬੰਦੇ ਦਾ ਸੁਭਾਅ ਪਤਾ ਕੀ ਬਣ ਜਾਂਦਾ? ਸ਼ੰਕਾਲੂ ਨੇ ਉਹਦੇ ਵਿੱਚੋਂ ਵੀ ਕੋਈ ਐਪ ਹੀ ਲੱਭਣਾ ਵੀ ਇੱਥੋਂ ਵੀ ਗਲਤੀ ਕੱਢੀ ਜਾਏ। ਉਹ ਫਿਰ ਗਲਤੀਆਂ ਕੱਢ ਕੱਢ ਸੁਣਾਉਂਦੇ ਜੀ ਇਸੇ ਗ੍ਰੰਥ ਚੋਂ। ਜਿਹੜੀ ਗੱਲ ਕੋਈ ਗਿਆਨੀ ਨਹੀਂ ਨਾ ਦੱਸੇਗਾ, ਸ਼ੰਕਾਲੂ ਤੁਹਾਨੂੰ ਦੱਸੇਗਾ ਜੀ। ਤੇ ਸ਼ੰਕਾਲੂ ਦਾ ਆਪਣਾ ਤੇ ਬੇੜਾ ਗਰਕ ਹੋ ਜਾਂਦਾ, ਉਹਦੇ ਲਾਗੇ ਬਹਿਣ ਵਾਲੇ ਦਾ ਵੀ ਬੇੜਾ ਗਰਕ ਹੋ ਜਾਂਦਾ ਜੀ, ਖਤਮ ਹੋ ਜਾਂਦਾ ਜੀ ਕੰਮ। ਸਿੱਖ ਦਾ ਕੰਮ ਜੋੜਨਾ ਹੈ। ਕੈਂਚੀ ਦਾ ਸਤਿਕਾਰ ਨਹੀਂ ਹੁੰਦਾ ਜੀ, ਕੈਂਚੀ ਨਾਲ ਦਰਜੀ ਕੱਪੜਾ ਕੱਟ ਕੇ ਪੈਰਾਂ 'ਚ ਰੱਖੀ ਰੱਖਦਾ ਜੀ, ਅਤੇ ਸੂਈ ਨੂੰ ਦਰਜੀ ਗਵਾਚਣ ਨਹੀਂ ਦਿੰਦਾ, ਉਹਨੂੰ ਪੱਗ 'ਚ ਲਾ ਕੇ ਰੱਖਦਾ ਜੀ। ਉਹ ਜੀ ਗੁਰਸਿੱਖ ਮਹਾਂਪੁਰਖ ਭਗਤ ਸੂਈ ਦੀ ਨਿਆਈ ਹੁੰਦੇ 'ਚ, ਉਹ ਕੈਂਚੀ ਬਣਦੇ ਨਹੀਂ, ਉਹ ਤੋੜਦੇ ਨਹੀਂ, ਉਹ ਜੋੜਦੇ ਹਨ ਜੀ। ਬਸ ਜਿਸ ਦਿਨ ਮਾੜਾ ਦਿਨ ਹੋਵੇ ਨਾ, ਉਸ ਦਿਨ ਸਤਿਗੁਰੂ ਦੇ ਪ੍ਰਥਾਏ ਅੰਦਰ ਸ਼ੰਕਾ ਪੈਦਾ ਹੋ ਜਾਂਦਾ ਸਤਸੰਗਤ ਦੀ। ਸ਼ੰਕਾ ਫਿਰ ਮਿਲਾਪ ਨਹੀਂ ਚਿਆਉਣ ਦਿੰਦਾ, ਸ਼ਰਧਾ ਮਿਲਾਪ ਕਰਾਉਂਦੀ ਹੈ, ਪਿਆਰ ਮਿਲਾਪ ਕਰਾਉਂਦਾ ਹੈ। ਹੁਣ ਸੁਣਿਓ, ਸ਼ੰਕਾ ਮੇਦਨ ਪ੍ਰਕਾਸ਼ ਬਹੋ ਨਰ ਨਹਿ ਮਿਲਬੈ ਆਵੈ। ਮੇਦਨੀ ਪ੍ਰਕਾਸ਼ ਦੇ ਅੰਦਰ ਸ਼ੰਕਾ ਪੈਦਾ ਹੋ ਗਿਆ, ਸ਼ੰਕੇ ਦੇ ਕਰਕੇ ਉਹ ਗੁਰੂ ਸਾਹਿਬ ਨੂੰ ਮਿਲਣ ਨਹੀਂ ਆ ਰਿਹਾ ਹੈ ਜੀ। ਸ਼ੰਕਾ ਸੁਣ ਲਓ, ਹਾਂਜੀ। ਫਤਿਹ ਸ਼ਾਹ ਤੇ ਆਦ ਇਤ ਗੁਰਦਰੋਹੀ ਸਾਰੇ। ਫਤਿਹ ਸ਼ਾਹ ਨਾਲ ਗੁਰੂ ਸਾਹਿਬ ਨੇ ਇਹਦੀ ਮੁਲਾਕਾਤ ਕਰਾਈ ਸੀ, ਨਹੀਂ ਤੇ ਫਤਿਹ ਸ਼ਾਹ ਤੇਰਾ ਕਾਂਟਾ ਹੀ ਸੀਗਾ ਜੀ, ਲੜਾਈ ਝਗੜਾ ਸੀ। ਫਤਿਹ ਸ਼ਾਹ ਦੇ ਨਾਲ ਮੁਲਾਕਾਤ ਕਰਾਈ ਸੀ ਗੁਰੂ ਸਾਹਿਬ ਨੇ ਇਹਦੀ, ਇਹ ਸੋਚ ਰਿਹਾ ਵੀ ਫਤਿਹ ਸ਼ਾਹ ਤੇ ਆਦ ਇਤ ਗੁਰਦਰੋਹੀ ਸਾਰੇ। ਫਤਿਹ ਸ਼ਾਹ ਰਾਜਾ ਤੇ ਬਾਕੀ ਜਿਹੜੇ ਰਾਜੇ ਨੇ ਇਹ ਗੁਰੂ ਸਾਹਿਬ ਨਾਲ ਦੁਸ਼ਮਣੀ ਰੱਖਦੇ ਨੇ। ਹਾਂਜੀ। ਭੀਮ ਚੰਦ ਤੇ ਆਦ ਉਤ ਬੈਰੀ ਰਿਸਤਾਰੇ। ਭੀਮ ਚੰਦ ਹੋਣੀ ਸਾਰੇ ਬੈਰੀ ਬਣੇ ਹੋਏ ਨੇ ਇਸ ਸਮੇਂ। ਹਾਂਜੀ। ਮੈਂ ਇਕਲ ਗੁਰ ਸੋ ਮਿਲੋ ਬਿਦਤੈ ਸਭ ਮਾਹੀ। ਤੇ ਜੇ ਮੈਂ ਕੱਲਾ ਇਸ ਸਮੇਂ ਗੁਰੂ ਸਾਹਿਬ ਨੂੰ ਮਿਲਿਆ, ਸਭ ਨੂੰ ਪਤਾ ਲੱਗ ਜਾਣਾ ਵੀ ਗੁਰੂ ਸਾਹਿਬ ਨਾਲ ਇਹਦਾ ਪਿਆਰ ਹੈਗਾ। ਹਾਂਜੀ। ਸੁਨ ਦਵੈਸ਼ੀ ਮਮ ਹੋਹਾਂਗੇ ਸ਼ਾਨੀ ਰਹਿ ਨਾਹੀ। ਤੇ ਫਿਰ ਇਹ ਗੱਲ ਲੁਕੀ ਨਹੀਂ ਰਹਿਣੀ, ਸਾਰੇ ਰਾਜੇ ਮੇਰੀ ਵਿਰੋਧਤਾ ਕਰਨਗੇ, ਤੇ ਵਿਰੋਧਤਾ ਇਹਦੀ ਪਹਿਲਾਂ ਹੀ ਕਰਦੇ ਸੀ, ਸਲਾਹ ਹੀ ਮਹਾਰਾਜ ਨੇ ਕਰਾਈ ਸੀ ਸਾਰੇ ਰਾਜਿਆਂ ਨਾਲ। ਜ਼ਿੰਦਗੀ 'ਚ ਐਸਾ ਸਮਾਂ ਬਣ ਜਾਂਦਾ ਚੇ, ਗੱਜ ਕੇ ਕਰੀ ਆਖੋ ਵਾਹਿਗੁਰੂ, ਵਾਹਿਗੁਰੂ, ਫਿਰ ਆਖੋ ਵਾਹਿਗੁਰੂ, ਵਾਹਿਗੁਰੂ। ਇੱਕ ਬੰਨੇ ਸੰਸਾਰ ਹੋਏਗਾ, ਇੱਕ ਬੰਨੇ ਨਿਰੰਕਾਰ ਹੋਏਗਾ ਜੀ। ਇੱਕ ਬੰਨੇ ਸੰਸਾਰੀ ਲੋਕ ਹੋਣਗੇ, ਇੱਕ ਬੰਨੇ ਸਤਿਗੁਰੂ ਹੋਣਗੇ। ਜਿਹਨਾਂ 'ਤੇ ਪੈਰਾ ਹੋਏਗਾ ਨਾ ਢਿੱਲਾ, ਉਹਨੇ 'ਤੇ ਕਹਿਣਾ ਲਓ ਜੀ ਇਹ ਵੀ ਤਾਂ ਰੱਬ ਦਾ ਹੀ ਰੂਪ ਨੇ ਸਾਰੇ, ਇਹਨਾਂ ਨੂੰ ਕਰ ਲਈਏ ਖੁਸ਼। ਸਾਰੇ ਸੰਸਾਰੀ ਸਹੀ ਨੀਚੇ ਹੁੰਦੇ ਜੀ, ਰੱਬ ਦੀ ਜੋਤ ਸਾਰਿਆਂ ਦੇ ਅੰਦਰ ਹੈ, ਪਰ ਪ੍ਰਗਟ ਵਿਰਲਿਆਂ ਦੇ ਅੰਦਰ ਹੈ ਜੀ। ਜਿਹੜੇ ਨਾਮ ਜਪਦੇ ਉਹਨਾਂ ਦੇ ਅੰਦਰ ਹੀ ਪ੍ਰਗਟ ਹੈ। ਉਹ ਕਹਿਣ ਲੱਗਾ ਹੁਣ ਕੀ ਕਰਾਂ, ਮੇਰੀ ਰਾਜਿਆਂ ਨਾਲ ਵੀ ਰਹੇ ਤੇ ਗੁਰੂ ਸਾਹਿਬ ਨਾਲ ਵੀ ਰਹੇ ਨਹੀਂ। ਗੁਰਮੁਖੋ ਇੱਕ ਬੇੜੀ 'ਚ ਪੈਰ ਰੱਖਿਆ ਹੀ ਬੰਦਾ ਤਰੇਗਾ, ਦੋਵਾਂ 'ਚ ਪੈਰ ਰੱਖਿਆ ਕਦੀ ਨਹੀਂ ਤਰੇਗਾ ਜੀ। ਜਾਂ ਤੋ ਰੱਖੇ ਰਾਜਿਆਂ ਨਾਲ, ਜਾਂ ਰੱਖੇ ਸਤਿਗੁਰੂ ਦੇ ਨਾਲ। ਰਾਜਿਆਂ ਨਾਲ ਵੀ ਰੱਖਣਾ ਤੇ ਸਤਿਗੁਰੂ ਨਾਲ ਵੀ ਰੱਖਣਾ ਤੇ ਹੋ ਹੀ ਨਹੀਂ ਸਕਦਾ ਜੀ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਇਹ ਤਾਂ ਜੋੜ ਆਉਣਾ ਹੀ ਨਹੀਂ ਜੀ। ਜਿਹੜਾ ਕਹੇ ਮੈਂ ਵਿੱਚ ਵਿੱਚ ਤੁਰਿਆ ਫਿਰਾਂ, ਉਹ ਗੱਲ ਨਹੀਂ ਹੋਣੀ। ਹੁਣ ਮੇਦਨੀ ਪ੍ਰਕਾਸ਼ ਕਹਿੰਦਾ ਵੀ ਮੇਰੀ ਰਾਜਿਆਂ ਨਾਲ ਵੀ ਨਾ ਵਿਗੜੇ ਤੇ ਗੁਰੂ ਸਾਹਿਬ ਨਾਲ ਵੀ ਨਾ ਵਿਗੜੇ। ਹਾਂਜੀ। ਜੇ ਨਾ ਮਿਲੋ ਅਬ ਜਾਏ ਕੈ ਟੁੱਟੈ ਗੁਰਪ੍ਰੀਤੀ। ਜੇ ਮੈਂ ਮਹਾਰਾਜ ਨੂੰ ਨਹੀਂ ਮਿਲਦਾ ਤੇ ਗੁਰੂ ਸਾਹਿਬ ਨਾਲੋਂ ਪਿਆਰ ਟੁੱਟਦਾ। ਹਾਂਜੀ। ਇਹਦੇ ਆਦਿਕ ਸੰਸਾ ਕਰੇ ਮਤ ਹੋਏ ਨਾ ਅਪੀਤੀ। ਇਹ ਕਰਕੇ ਤੇ ਮਨ 'ਚ ਸ਼ੰਕੇ ਵੱਧਦੇ ਗਏ ਜੀ।
ਸ਼ੰਕੇ ਵੱਧਦੇ ਗਏ ਗੁਰਮੁਖੋ, ਮਨ ਵਿੱਚ ਸ਼ੰਕਾ ਨਹੀਂ ਪੈਦਾ ਹੋਣ ਦੇਣਾ, ਭਾਵਨਾ ਕੀ ਰੱਖਣੀ, ਸਤਿਗੁਰ ਮੇਰਾ ਪੂਰਾ, 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 ਸਤਿਗੁਰ ਮੇਰਾ ਪੂਰਾ। ਇੰਨਾ ਗੱਜ ਗੱਜ ਕੇ ਪੜ੍ਹੋ ਤੇ ਨਾਲ ਅਰਦਾਸ ਕਰੋ, ਸਤਿਗੁਰੂ ਇਹ ਜਿਹੜੀ ਤੁਹਾਡੀ ਸਿਫਤ ਹੈ ਸਾਡੇ ਹਿਰਦੇ ਅੰਦਰ ਵੱਸ ਜਾਵੇ ਮਹਾਰਾਜ। ਕੋਈ ਕੱਚਾ ਪੀਲਾ ਆ ਕੇ ਕੋਈ ਮਾੜੀ ਗੱਲ ਕਰੇ ਮਹਾਰਾਜ ਸੱਚੇ ਪਾਤਸ਼ਾਹ, ਉਹਦੀ ਗੱਲ ਦਾ ਸਾਡੇ ਤੇ ਅਸਰ ਹੀ ਨਾ ਹੋਏ ਜੀ। ਤੁਹਾਡੀ ਸਿਫਤ ਸਾਡੇ ਹਿਰਦੇ ਵਿੱਚ ਵਸੇ, ਕਹੋ ਗੱਜ ਕੇ, ਸਤਿਗੁਰ ਮੇਰਾ ਪੂਰਾ, 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 ਸਤਿਗੁਰ ਮੇਰਾ ਪੂਰਾ। ਇਹ ਮੈਂ ਤਾਂ ਬੇਨਤੀ ਕਰ ਰਿਹਾ ਜੀ, ਮੈਂ ਸ਼ਾਇਦ ਪਿੱਛੇ ਜੇ ਵੀ ਆਪ ਜੀ ਨੂੰ ਦੱਸਿਆ ਹੋਵੇ, ਰਣਜੀਤ ਐਵਨਿਊ ਇੱਕ ਬੰਦਾ ਰਹਿੰਦਾ ਜੀ, ਹੁਣ ਵੀ ਹੈਗਾ ਜੀ ਉਹ ਜੀ। ਬੜੇ ਲੋਕਾਂ ਨੂੰ ਉਹਨੇ ਕਹਿਣਾ ਦਰਬਾਰ ਸਾਹਿਬ ਜਾਇਆ ਕਰੋ, ਤੁਸੀਂ ਤੇ ਮੂਰਖ ਹੈਗੇ ਜੇ ਕਹਿੰਦਾ ਦਰਬਾਰ ਸਾਹਿਬ ਨਹੀਂ ਜਾਂਦੇ, ਅੰਮ੍ਰਿਤਸਰ ਵਿੱਚ ਰਹਿ ਕੇ ਨਹੀਂ ਜਾਂਦੇ। ਬੜਾ ਉਹਨੇ ਲੈਕਚਰ ਪ੍ਰਚਾਰ ਕਰਨਾ ਜੀ, ਤੇ ਸੰਗਤ ਹੋ ਗਈ ਕਿਸੇ ਸਿਰ ਫਿਰੇ ਦੀ ਜੀ, ਕਿਸੇ ਮਾੜੇ ਦੀ ਸੰਗਤ ਹੋ ਗਈ ਜੀ। ਜਿਹੜਾ ਕਹਿੰਦਾ ਸੀ ਦਰਬਾਰ ਸਾਹਿਬ ਜਾਣ ਦੀ ਲੋੜ ਨਹੀਂ, ਉਹਦੀ ਹੋ ਗਈ ਸੰਗਤ। ਉਹ ਬੰਦਾ ਜਿਹੜਾ ਲੋਕਾਂ ਨੂੰ ਕਹਿੰਦਾ ਸੀਗਾ ਵੀ ਤੁਹਾਡਾ ਭਲਾ ਨਹੀਂ ਹੋ ਸਕਦਾ ਦਰਬਾਰ ਸਾਹਿਬ ਤੋਂ ਬਗੈਰ, ਅੱਜ ਉਹ ਪ੍ਰਚਾਰ ਕਰਦਾ ਫਿਰਦਾ ਵੀ ਦਰਬਾਰ ਸਾਹਿਬ ਨਹੀਂ ਜਾਣਾ ਜੀ, ਉੱਥੇ ਕੀ ਮਿਲਦਾ, ਕਹਿਣ ਲੱਗਾ ਤੁਰੇ ਰਹਿੰਦੇ ਜੇ, ਭਾਂਡੇ ਮਾਂਜਦੇ ਰਹਿੰਦੇ ਜੇ। ਉਹੋ ਹੀ ਬੰਦਾ ਜੀ ਪ੍ਰਚਾਰ ਕਰਨ ਦਿਆ ਰਣਜੀਤ ਐਵਨਿਊ ਹੁਣ ਵੀ ਜਿਉਂਦਾ ਜੀ ਉਹ ਜੀ। ਹਾਂਜੀ, ਮਹਾਰਾਜ ਮਿਹਰ ਕਰਨ, ਸੱਚੇ ਪਾਤਸ਼ਾਹ ਬਚਾਉਣ, ਕਿਸੇ ਵੇਲੇ ਵੀ ਭਾਵਨਾ 'ਚ ਫਰਕ ਪੈ ਸਕਦਾ ਜੀ। ਮੇਦਨੀ ਪ੍ਰਕਾਸ਼ ਨੂੰ ਫਤਿਹ ਸ਼ਾਹ ਨਾਲ ਮਿਲਾਉਣ ਵਾਲੇ ਸਤਿਗੁਰੂ ਹੀ ਨੇ ਜੀ, ਪਰ ਅੱਜ ਮੇਦਨੀ ਪ੍ਰਕਾਸ਼ ਨੂੰ ਫਤਿਹ ਸ਼ਾਹ ਤੇ ਪਿਆਰਾ ਹੋ ਗਿਆ ਤੇ ਗੁਰੂ ਸਾਹਿਬ ਵਾਲੇ ਪਾਸਿਓਂ ਸ਼ੰਕਾ ਪੈਦਾ ਹੋ ਗਿਆ ਜੀ। ਹਾਂਜੀ, ਕਹੋ ਪਿਆਰ ਨਾਲ, ਸਤਿਗੁਰ ਮੇਰਾ ਪੂਰਾ, ਸਤਿਗੁਰ ਮੇਰਾ ਪੂਰਾ, ਸਤਿਗੁਰ ਮੇਰਾ ਪੂਰਾ, ਸਤਿਗੁਰ ਮੇਰਾ ਪੂਰਾ। ਬਸ ਉਹ ਇਸ ਪ੍ਰਕਾਰ ਸ਼ੰਕਾ ਕਰਦਾ ਰਿਹਾ ਜੀ ਮਨ ਵਿੱਚ। ਹਾਂਜੀ, ਆਜ ਕਾਲ ਕਰਤੇ ਤਿਸੇ ਦ੍ਵੈਦਸ਼ ਦਿਨ ਬੀਤੇ। ਲਓ ਜੀ, ਮਹਾਰਾਜ ਸੱਚੇ ਪਾਤਸ਼ਾਹ ਨੂੰ ਰੋਜ਼ ਉਹਦੇ ਦੀਵਾਨ ਨੇ ਕਹਿ ਦੇਣਾ, ਮਹਾਰਾਜ ਅੱਜ ਆ ਰਿਹਾ, ਮਹਾਰਾਜ ਅੱਜ ਕੰਮ ਪੈ ਗਿਆ, ਕੱਲ ਆ ਰਿਹਾ ਰਾਜਾ ਦਰਸ਼ਨ ਕਰਨ। ਹੁਣ ਮਹਾਰਾਜ ਨੂੰ ਕਿਹੜਾ ਗੱਲ ਦਾ ਨਹੀਂ ਸੀ ਪਤਾ, ਮਹਾਰਾਜ ਵੀ ਬੈਠੇ ਰਹੇ ਉੱਥੇ। ਜੇ ਮਹਾਰਾਜ ਉੱਥੋਂ ਪਹਿਲਾਂ ਤੁਰ ਪੈਂਦੇ ਨਾ ਜੀ, ਇਹਨਾਂ ਕਹਿਣਾ ਸੀ ਲਓ ਜੀ ਅਸੀਂ ਤਾਂ ਆਖਿਆ, ਮਹਾਰਾਜ ਰੁਕੇ ਹੀ ਨਹੀਂ ਜੀ। ਹਾਂਜੀ, ਮਹਾਰਾਜ ਵੀ ਪੂਰੇ ਨੇ ਨਾ ਜੀ, ਮਹਾਰਾਜ ਸੱਚੇ ਪਾਤਸ਼ਾਹ ਸਾਰੇ ਕੰਮ ਪੂਰੇ ਕਰਨਗੇ ਜੀ ਇਹਨਾਂ ਦੇ ਵੀ। ਕਰਦਿਆਂ ਕਰਦਿਆਂ ਦੋ ਦਿਨ ਦਾ ਆਖ ਕੇ ਤੇ ਦੋ ਹਫ਼ਤੇ ਮੇਦਨੀ ਪ੍ਰਕਾਸ਼ ਆਇਆ ਹੀ ਨਹੀਂ ਜੀ, ਆਇਆ ਹੀ ਨਹੀਂ ਮਹਾਰਾਜ ਦੇ ਦਰਸ਼ਨਾਂ ਵਾਸਤੇ। ਮਹਾਰਾਜ ਨੇ ਤਾਂਹੀਓ ਪਹਿਲਾਂ ਜ਼ਖਮੀ ਪਹਿਲਾਂ ਕਰ ਦਿੱਤੇ ਸੀ ਵੀ ਇਹਨਾਂ ਨੂੰ ਲੈ ਜਾਓ ਅਨੰਦਪੁਰ ਸਾਹਿਬ, ਸਾਨੂੰ ਸਮਾਂ ਜ਼ਿਆਦਾ ਲੱਗ ਜਾਣਾ। ਜਿਸ ਗੁਰੂ ਸਾਹਿਬ ਦਾ ਇੱਕ ਇੱਕ ਖਿੰਨ ਬੜਾ ਕੀਮਤੀ ਆ ਗੁਰਮੁਖੋ, ਮੇਦਨੀ ਪ੍ਰਕਾਸ਼ ਸੱਚੇ ਪਾਤਸ਼ਾਹ ਮਹਾਰਾਜ ਦਾ ਦੋ ਹਫ਼ਤੇ ਮਹਾਰਾਜ ਨੂੰ ਆਪਣਾ ਇੰਤਜ਼ਾਰ ਕਰਾਉਂਦਾ ਰਿਹਾ ਹੈ ਜੀ। ਮਹਾਰਾਜ ਤੇ ਜਾ ਸਕਦੇ ਸੀ ਪਰ ਇਹਨਾਂ ਬਾਅਦ ਵਿੱਚ ਗੱਲਾਂ ਕਰਨੀਆਂ ਸਨ, ਮਹਾਰਾਜ ਤਾਂ ਉੱਥੇ ਰਹੇ ਜੀ। ਹਾਂਜੀ, ਕਹਿ ਕਹਿ ਬਿਨੇ ਪਠਾਵਨੋ ਮਨ ਹੋਏ ਬਪਰੀਤੇ। ਹਰ ਰੋਜ਼ ਕਹਿ ਦੇਣਾ ਮਹਾਰਾਜ ਆ ਰਿਹਾ ਮੈਂ, ਆਉਣਾ ਹੈ ਇਹਨੂੰ। ਹੁਣ ਵੇਖੋ ਤੁਸੀਂ ਵੀ ਇੱਕ ਦਿਨ ਨੂੰ ਉਡੀਕੋਗੇ, ਦੋ ਦਿਨ ਨੂੰ ਉਡੀਕੋਗੇ, ਇੱਕ ਬੰਦੇ ਨੂੰ 12 ਦਿਨ ਨੂੰ ਉਡੀਕਦੇ ਰਹੋ ਤਾਂ ਆਵੇ ਹੀ ਨਾ ਜੀ। ਹਾਂਜੀ, ਬੂਝੇ ਨਿਜ ਪ੍ਰਧਾਨ ਸਭ ਮੈਂ ਕਹਿਓ ਕੈਸੇ। ਹੁਣ ਉਹ ਮੇਦਨੀ ਪ੍ਰਕਾਸ਼ ਆਪਣੇ ਮੰਤਰੀਆਂ ਨੂੰ ਪੁੱਛਦਾ ਵੀ ਮੈਂ ਕਰਾਂ ਕੀ ਜਿਹਦੇ ਨਾਲ ਮਹਾਰਾਜ ਨਾਲ ਪਿਆਰ ਰਹਿ ਜੇ। ਹਾਂਜੀ, ਦੋਹੇ ਦੇਸ਼ ਤੇ ਰਸ ਕੋ ਰੱਖੈ ਕਰੀਏ ਕੁਛ ਐਸੇ। ਇਹ ਉਹ ਸੋਚ ਵਿਚਾਰ ਬਣਾਓ ਵੀ ਦੋਹੀਂ ਪਾਸੇ ਪਿਆਰ ਰਹਿ ਜੇ ਜੀ।
ਫਿਰ ਬੇਨਤੀ, ਦੋ ਬੇੜੀਆਂ 'ਚ ਪੈਰ ਰੱਖ ਕੇ ਕੋਈ ਪਾਰ ਨਹੀਂ ਲੰਘ ਸਕਦਾ ਜੀ, ਇੱਕ ਬੇੜੀ 'ਚ ਬਹਿਣਾ ਪਏਗਾ। ਅਤੇ ਸਤਿਗੁਰੂ ਅੱਗੇ ਅਰਦਾਸ ਕਰੋ, ਮਹਾਰਾਜ ਸਾਨੂੰ ਆਪਣੀ ਬੇੜੀ 'ਚ ਬਿਠਾ ਲਓ। ਹਾਂਜੀ, ਤਬ ਸਮਝਾਇਓ ਡਰਤ ਉਰ ਤੁਮ ਮਿਲੋ ਨਾ ਜਾਈ। ਤੇ ਫਿਰ ਪ੍ਰਧਾਨ ਮੰਤਰੀ ਨੇ ਕਹਿ ਦਿੱਤਾ ਜੀ, ਉਹਦੇ ਮੰਤਰੀਆਂ ਨੇ, ਵੀ ਰਾਜਾ ਜੀ ਤੁਸੀਂ ਮਹਾਰਾਜ ਨੂੰ ਮਿਲਣ ਜਾਵੋ ਹੀ ਨਾ ਜੀ, ਜਾਵੋ ਹੀ ਨਾ। ਹਾਂਜੀ, ਪਠੋ ਦੀਵਾਨ ਜੋ ਆਪਣੋ ਭੇਟਾਂ ਸਮਦਾਈ, ਖੁੱਲੀ ਮਾਇਆ ਭੇਜੋ, ਮੋਹਰਾਂ ਭੇਜੋ ਤੇ ਦੀਵਾਨ ਭੇਜ ਦਿਓ ਮਹਾਰਾਜ ਕੋਲ, ਉਹਨੂੰ ਕਹਿ ਦਿਓ ਵੀ ਮੈਂ ਆ ਨਹੀਂ ਸਕਦਾ, ਦੀਵਾਨ ਜਾ ਕੇ ਤੁਹਾਡੇ ਵੱਲੋਂ ਮਾਇਆ ਹਾਜ਼ਰ ਕਰ ਆਵੇ, ਮਹਾਰਾਜ ਨੂੰ ਮਾਇਆ ਦੀ ਕਮੀ ਨਹੀਂ ਇਹਨਾਂ ਦੀ। ਹਾਂਜੀ, ਨਤ ਰਾਜੇ ਗਿਰਪਤ ਸਗਲ ਤੁਝ ਕੋਰੇ ਪਜਾਨੈ। ਜੇ ਤੁਸੀਂ ਚਲੇ ਗਏ ਤੇ ਸਭ ਪਹਾੜੀ ਰਾਜਿਆਂ ਨਾਲ ਤੁਹਾਡਾ ਵੈਰ ਪੈਦਾ ਹੋ ਜਾਣਾ ਜੇ। ਹਾਂਜੀ, ਕਾਰਜ ਦੇਹ ਵਿਗਾੜ ਕਰ ਲੜੈ ਰਣ ਹਾਨੈ, ਫਿਰ ਤੇ ਜੰਗ ਹੋਈ ਸਮਝੋ। ਹਾਂਜੀ, ਸਭ ਭਰਾਤਨ ਤੇ ਟੁੱਟ ਬੋ ਤੁਝ ਨਹਿ ਬਨ ਆਵੈ, ਜਥਾ ਵਿਦੇਸ਼ੀ ਗੁਰੂ ਇਮ ਜਿਤ ਕਿਤ ਚੜ ਆਵੈ। ਬਸ ਦੋ ਚੋਂ ਮਿੰਟਾਂ 'ਚ ਸਮਾਪਤੀ ਕਰਨੀ, ਧਿਆਨ ਨਾਲ ਸੁਣਿਓ, ਸਲਾਹਕਾਰ ਚੰਗੇ ਹੋਣੇ ਚਾਹੀਦੇ ਆ, ਸਲਾਹਕਾਰ ਮਾੜਾ ਹੋਵੇ ਤੇ ਜ਼ਿੰਦਗੀ ਦਾ ਭੱਠਾ ਬਿਠਾ ਦਿੰਦਾ ਜੀ। ਉਹ ਕਹਿਣ ਲੱਗੇ ਮਹਾਰਾਜ ਦਾ ਕੀ ਆ, ਮਹਾਰਾਜ ਤੇ ਵਿਦੇਸ਼ੀ ਆ, ਅੱਜ ਕੱਲ੍ਹ ਆਏ ਹੀ, ਅੱਜ ਚੱਲੇ ਚੱਲੇ ਤੇ ਰਾਜਿਆਂ ਤੇ ਇੱਥੇ ਰਹਿਣਾ, ਜੇ ਇਹਨਾਂ ਨਾਲ ਪੈ ਗਿਆ ਨਾ ਵੈਰ ਤੇ ਇਹਨਾਂ ਜੀਣ ਨਹੀਂ ਦੇਣਾ, ਇਹ ਨਹੀਂ ਪਤਾ ਵਿਦੇਸ਼ੀ ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਸਰਬ ਵਿਆਪਕ ਨੇ ਜੀ, ਜੇ ਮਹਾਰਾਜ ਦੀ ਕਿਰਪਾ ਬਣੀ ਰਹੀ ਤੇ ਇਹੋ ਰਾਜੇ ਮੱਥਾ ਟੇਕਿਆ ਕਰਨਗੇ। ਹਾਂਜੀ, ਇਹ ਸੁਣ ਕੇ ਮੰਤਰੀਨ ਤੇ ਮਸਲਤ ਠਹਿਰਾਈ, ਇਹ ਸੁਣ ਕੇ ਉਹਨੇ ਮਸਲਤ ਪੱਕੀ ਕਰਤੀ ਵੀ ਏਦਾਂ ਹੀ ਹੋਏਗਾ, ਦੀਵਾਨ ਭੇਜ ਦੇਣਾ ਮਹਾਰਾਜ ਦੇ ਕੋਲ ਤੇ ਆਪ ਨਹੀਂ ਜਾਣਾ। ਹਾਂਜੀ, ਪਾਠ ਵਕੀਲ ਸਤਿਗੁਰੂ ਢਿੱਗ ਨਿੱਜ ਬਾਤ ਸੁਣਾਈ, ਉਸ ਵੇਲੇ ਇੱਕ ਵਕੀਲ ਤੋਰਤਾ ਵੀ ਬਹੁਤ ਜ਼ਰੂਰੀ ਕੰਮ 'ਚ ਰਾਜਾ ਫਸਿਆ, ਰਾਜਾ ਨਹੀਂ ਆ ਸਕਦਾ, ਮਹਾਰਾਜ ਮੁੱਖ ਮੰਤਰੀ ਦੀਵਾਨ ਆ ਰਿਹਾ ਤੁਹਾਡੇ ਕੋਲ। ਹਾਂਜੀ, ਸੁਣ ਕਿਸ ਰਿਸ ਧਰ ਪ੍ਰਭ ਭੰਨਿਓ ਗੀਦੀ ਇਮਹੋਵਾ, ਗੱਜ ਕੇ ਅੱਖ ਗੱਜ ਕੇ ਮਹਾਰਾਜ ਕਹਿਣ ਲੱਗੇ ਉਹਦੇ ਵਜ਼ੀਰ ਨੂੰ, ਉਹ ਵਾਹਿਗੁਰੂ ਜਿਹੜਾ ਆਇਆ ਸੀਗਾ ਵਕੀਲ, ਮਹਾਰਾਜ ਕਹਿੰਦੇ ਚੁੱਪ ਕਰ ਜਾ। ਕਹਿਣ ਲੱਗੇ ਜਿਹੜਾ ਦੀਵਾਨ ਆ ਰਿਹਾ ਤੇ ਰਾਜੇ ਨੂੰ ਜਿਹੜਾ ਕੰਮ ਪੈ ਗਿਆ ਨਾ, ਉਹ ਸਾਨੂੰ ਸਾਰਾ ਪਤਾ। ਮਹਾਰਾਜ ਕਹਿਣ ਲੱਗੇ 12 ਦਿਨ ਹੋ ਗਏ ਇੱਥੇ ਬੈਠੇ ਉਡੀਕ ਰਹੇ ਹਾਂ, ਪਹਾੜੀਆਂ ਤੋਂ ਡਰ ਗਿਆ ਤੁਹਾਡਾ ਰਾਜਾ, ਉਹ ਰਾਜਾ ਨਹੀਂ ਉਹ ਗਧਾ ਹੈਗਾ। ਕਹਿਣ ਲੱਗੇ ਗੱਜ ਕੇ ਆਖੋ, ਮਹਾਰਾਜ ਕਹਿੰਦੇ ਉਹ ਤੇ ਗਧਾ ਹੈਗਾ, ਚੇ ਗਧਾ। ਮੈਂ ਦਾਸ ਬੇਨਤੀ ਕਰਾਂ, ਅੱਜ ਤੱਕ ਮੇਦਨੀ ਪ੍ਰਕਾਸ਼ ਗਧਾ ਬਣ ਕੇ ਤੁਰਿਆ ਫਿਰਦਾ ਜੀ ਉਹ ਜੀ, ਕਿਉਂ ਮਹਾਰਾਜ ਦੇ ਮੁੱਖੋਂ ਫਿਰ ਗਧਾ ਸ਼ਬਦ ਨਿਕਲ ਗਿਆ ਨਾ ਜੀ। ਮਹਾਰਾਜ ਕਹਿੰਦੇ ਉਹ ਤੇ ਗਧਾ ਆ, ਗਧਾ। ਕਹਿਣ ਲੱਗੇ ਡਰ ਪਿਆ ਉਹਨਾਂ ਤੋਂ। ਹਾਂਜੀ, ਹਮਕੋ ਇਤ ਠਹਿਰਾਏ ਕਰ ਪਾਸ਼ੇ ਡਰ ਜੋਵਾ, ਸਾਨੂੰ ਇੱਥੇ ਰਕਾਈ ਰੱਖਿਆ ਤੇ ਪਹਾੜੀਆਂ ਤੋਂ ਡਰਦਾ ਵੀ ਰਿਹਾ, ਜੇ ਸਾਡੇ ਨਾਲ ਪਿਆਰ ਪਾਉਣਾ ਤਾਂ ਉਹਨਾਂ ਤੋਂ ਕਿਉਂ ਡਰਦਾ ਫਿਰ। ਉਹ ਕਹਿਣ ਲੱਗੇ ਹਾਂਜੀ, ਨਹਿ ਮੇਲੇ ਪ੍ਰਧਾਨ ਕਹੋ ਕਹੋ ਕਿਤੋਂ ਆਵੈ, ਮਹਾਰਾਜ ਕਹਿੰਦੇ ਜਾ ਦੌੜ ਜਾ ਤੇ ਦੱਸ ਉਹਨਾਂ ਨੂੰ ਵੀ ਪ੍ਰਧਾਨ ਮੰਤਰੀ ਨਾ ਭੇਜਣ, ਦੀਵਾਨ ਨਾ ਭੇਜਣ। ਹਾਂਜੀ, ਪਠੈ ਜੇ ਲੂਟੈ ਸੁਭਟ ਮਮ ਨਹਿ ਕੋ ਅਟਕਾਵੈ, ਮਹਾਰਾਜ ਕਹਿੰਦੇ ਜੇ ਹੁਣ ਮੇਦਨੀ ਪ੍ਰਕਾਸ਼ ਨੇ ਭੇਜਿਆ ਨਾ ਪ੍ਰਧਾਨ, ਤੇ ਸਾਡੇ ਸਿੱਖਾਂ ਨੇ ਲੁੱਟ ਲੈਣਾ ਤੇ ਵੇਖੋਗੇ ਤਾਂ ਠਾਂ। ਫਿਰ ਕਹਿਣ ਲੱਗੇ ਸਾਂਝ ਸੀ ਪਹਿਲਾਂ, ਹੁਣ ਕੋਈ ਨੀ। ਕਹਿਣ ਲੱਗੇ ਹੁਣ ਤੇ ਗਧਾ ਆ ਉਹ ਗਧਾ। ਹਾਂਜੀ, ਬਰਜ ਪਠਿਓ ਸੁਨ ਭੀਰ ਨਿਰਿਪ ਨਹਿ ਧੀਰਜ ਰਾਖੀ, ਰਾਜੇ ਨੇ ਆਉਣਾ ਤੇ ਆਵੇ, ਬਹੁਤ ਦਿਨ ਹੋ ਗਏ ਉਡੀਕਦਿਆਂ ਨਹੀਂ ਆਇਆ। ਮਹਾਰਾਜ ਕਹਿਣ ਲੱਗੇ ਹੁਣ ਉਹਦਾ ਪ੍ਰਧਾਨ ਮੰਤਰੀ ਵੀ ਆਇਆ ਤਾਂ ਉਹ ਵੀ ਲੁੱਟਿਆ ਜਾਏਗਾ। ਕਹਿਣ ਲੱਗੇ ਉਹਦੇ ਆਉਣ ਦਾ ਵੀ ਲਾਭ ਨਹੀਂ ਹੋਏਗਾ। ਹਾਂਜੀ, ਸ਼ੰਕਿਓ ਅਰਪਨ ਨਿਰਪਨ ਤੇ ਨਹਿ ਦਰਸ ਭਿਲਾਖੀ, ਮਹਾਰਾਜ ਕਹਿੰਦੇ ਸ਼ੰਕਾਲੂ ਬੰਦਾ ਕਦੀ ਵੀ ਦਰਸ਼ਨ ਨਹੀਂ ਕਰ ਸਕਦਾ ਜੀ। ਮਹਾਰਾਜ ਸਾਹਿਬ ਨੇ ਇਹ ਬਚਨ ਕਹਿ ਦਿੱਤਾ। ਇੱਥੋਂ ਮਹਾਰਾਜ ਨੇ ਹੁਣ ਅੱਗੇ ਨੂੰ ਤੁਰਨਾ ਜੀ। ਹਾਂਜੀ, ਉਹਨੂੰ ਪਾ ਗਏ ਨਾ ਗਧੇ ਦੀ ਜੂਨੇ, ਹੁਣ ਮਹਾਰਾਜ ਨੇ ਅੱਗੇ ਜਾਣਾ ਜੀ। ਤੇ ਬਚਨ ਧਿਆਨ ਨਾਲ ਸੁਣਿਓ, ਸ਼ੰਕਾਲੂ ਬੰਦਾ ਕਦੀ ਵੀ ਦਰਸ਼ਨ ਨਹੀਂ ਕਰ ਸਕਦਾ ਸਾਧ ਸੰਗਤ, ਇਹ ਸਾਡੀ ਮਰਜ਼ੀ 'ਚ, ਅਸੀਂ ਸ਼ੰਕਾਵਾਦੀ ਪ੍ਰਚਾਰ ਸੁਣਨਾ ਜਾਂ ਆਪਾਂ ਸ਼ਰਧਾਲੂ ਪ੍ਰਚਾਰ ਸੁਣਨਾ ਜੀ। ਪਰ ਸ਼ੰਕਾਵਾਦੀਆਂ ਦਾ ਤੁਸੀਂ ਸੁਣ ਹੀ ਲਿਆ ਜੀ, ਢੇਰ ਤੁਰਿਆ ਫਿਰਦਾ ਤੇ ਸ਼ੰਕਾਲੂਆਂ ਦਾ, ਜਿਨ੍ਹਾਂ ਦਾ ਕੰਮ ਹੀ ਇਹ ਹੈ ਨਿੱਤ ਨਵੀਂ ਖੜੀ ਸ਼ੰਕਾ ਖੜੀ ਕਰ ਦੇਣੀ ਜੀ। ਸਤਿਗੁਰੂ ਕਿਰਪਾ ਕਰਨ, ਦਿਆ ਕਰਨ, ਸ਼ੰਕਾਲੂਆਂ ਤੋਂ ਦੂਰ ਰਹਿ ਕੇ ਸਹੀ ਸੰਤ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੇ,
ਉਹਨਾਂ ਦੇ ਦਰਸ਼ਨ ਹੋਣ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਿਓ। ਅਗਲਾ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।